ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਰੋ ਬੰਦਨਾ ਅਨਕ ਵਾਰ ਸਰਨ ਕਰੋ ਹਰ ਪਰਮ ਕਟੀਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਦੁਤੀਆ ਦੁਰਮਤ ਦੂਰ ਕਰ ਗੁਰਸੇਵਾ ਕਰਨੀਤ ਰਾਮ ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬਿਨ ਸਹਿ ਸਗਲ ਕਲੇਸ਼ ਆਪ ਤਜਹੋ ਗੋਵਿੰਦ ਭਜਹੋ ਭਾਉ ਭਗਤ ਪਰਵੇਸ਼ ਲਾਭ ਮਿਲੈ ਤੋਟਾ ਹਿਰੈ ਹਰ ਦਰਗਹਿ ਬਦਵੰਤ ਰਾਮ ਨਾਮ ਤਨ ਸੰਚੈ ਸਾਚ ਸਾਹਿ ਭਗਵੰਤ ਉਠਤ ਬੈਠਤ ਹਰ ਭਜੋ ਗੁਰਸੇਵਾ ਕਰਨੀਤ ਨਾਨਕ ਦੁਰਮਤ ਛੁਟ ਗਈ ਪਰ ਬ੍ਰਹਮ ਵਸੇ ਚੀਤ ਹਾਂ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਫੁਲੇ ਸੁਚ ਦਰ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ਼ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਤੁਛ ਪ੍ਰਭ ਬੁਧ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਖਤ ਕਰ ਸਿਫਤ ਤੁਮਾਰੀ ਕਾਪਲ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰਸੀਐ ਅਹਨ ਸਹਿਜ ਸਵਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰਸਾਹ ਦੈਸਾ
ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨ, ਜੇ ਤੇ ਕਰਮ ਕਮਾਏ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹਿ, ਮਰ ਜਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨ, ਜੇ ਤੇ ਕਰਮ ਕਮਾਏ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹਿ, ਮਰ ਜਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮ ਪਰ ਬੱਧੇ ਮਾਰੀਐ, ਮੋਹ ਕਾਲੈ ਉੱਠ ਜਾਹੇ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਪੌੜੀ ਆਪੇ ਚਾਟ ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜਨ ਕੋ ਆਣੇ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਇਕ ਥੈ ਪੜ ਬੁੱਝੈ ਸਭ ਆਪੇ, ਇਕ ਥੈ ਆਪੇ ਕਰੇ ਆਣੇ। ਇਕ ਨਾ ਅੰਦਰ ਮਹਿਲ ਬੁਲਾਈ, ਜਾ ਆਪ ਤੇਰੇ ਮਨ ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਇਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰੇ ਮਨ ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨ, ਜੇ ਤੇ ਕਰਮ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿਆਰੀ ਨਿੱਘੀ ਗੋਦ ਅੰਦਰ ਹਾਜ਼ਰੀਆਂ ਕਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਸਮਾਂ ਬਖਸ਼ਿਆ ਹੈ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਨਿਤਨੇਮ ਸਿਮਰਨ ਹੁਣੇ ਹੀ ਸਤਿਕਾਰਯੋਗ ਅਜੋਰੀ ਰਾਗੀ ਜਥੇ ਦੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਜੋ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਮੁਬਾਰਕ ਚਰਨਾਂ ਦੇ ਵਿੱਚ ਸਾਨੂੰ ਬੈਠਣ ਦਾ ਸੁਭਾਗ ਬਖਸ਼ ਰਹੇ ਹਨ, ਇਸ ਸਮੇਂ ਨੂੰ ਸਫਲ ਕਰਨ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਡੇ ਮਨ ਵਿੱਚ ਇਕਾਗਰਤਾ ਆ ਜਾਵੇ, ਮਨ ਵਿੱਚ
ਗੁਰੂ ਪ੍ਰਤੀ ਸ਼ਰਧਾ ਆ ਜਾਵੇ, ਭਾਵਨਾ ਆ ਜਾਵੇ। ਭਾਵੇਂ ਮੌਸਮ ਖਰਾਬ ਹੈ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਝੱਖੜ ਝਾਂਗੀ ਮੀਂਹੋਂ ਵਰਸੈ ਪੀ ਗੁਰਦਿਖ ਗੁਰ ਦੇਖਣ ਜਾਈ। ਜਿਨ੍ਹਾਂ ਨੂੰ ਗੁਰੂ ਦੇ ਨਾਲ ਪ੍ਰੀਤੀ ਹੈ, ਭਾਵੇਂ ਕਿੰਨਾ ਮਰਜ਼ੀ ਮੌਸਮ ਖਰਾਬ ਵੀ ਹੋਵੇ, ਉਹ ਫਿਰ ਵੀ ਚੱਲ ਕੇ ਆ ਜਾਂਦੇ ਹਨ। ਸੁੰਦਰ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਸੋ ਗੁਰੂ ਹਜ਼ੂਰੀ ਵਿੱਚ ਪਹੁੰਚੇ ਹਾਂ, ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡਾ ਇਹ ਜਿਹੜਾ ਸਮਾਂ ਹੈ ਸਫਲਾ ਹੋ ਜਾਵੇ। ਸੋ ਚਲਦੀ ਹੋਈ ਲੜੀਵਾਰ ਕਥਾ ਦੇ ਵਿੱਚੋਂ ਅੱਜ ਦਾ ਜੋ ਸ੍ਰੀ ਮੁੱਖ ਵਾਕ ਪਾਵਨ ਸ਼ਬਦ ਹੈ, 552 ਅੰਗ ਦੇ ਉੱਤੇ ਧੰਨ ਧੰਨ ਬਿਹਾਗੜੀ ਦੀ ਵਾਰ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ। ਸਲੋਕ ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਜੋ ਅਸੀਂ ਜੀਵ ਹਾਂ, ਸਾਨੂੰ ਬੰਧਨ ਪਏ ਹੋਏ ਹਨ। ਕੋਈ ਵੀ ਸੰਸਾਰ ਜੀਵ ਆਉਂਦਾ ਹੈ ਜੋ ਮਨੁੱਖਾ ਸਰੀਰ ਦੇ ਵਿੱਚ ਹੈ, ਵਾਹਿਗੁਰੂ ਪਰਮੇਸ਼ਰ ਸਭ ਨੂੰ ਇਹ ਖਜ਼ਾਨਾ ਨਾਲ ਹੀ ਭੇਜਦਾ ਹੈ। ਉਹ ਕਿਹੜਾ ਖਜ਼ਾਨਾ ਹੈ? ਸਤਿਗੁਰੂ ਮਹਾਰਾਜ ਜੀ ਸ੍ਰੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਹਨ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਹਰੇਕ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਉਹਦੀ ਹੋਂਦ ਹੈ, ਉਹਦੀ ਸੱਤਾ ਹੈ। ਪਰ ਜਿਹੜਾ ਜੀਵ ਹੈ ਇਹ ਔਗਣਾਂ ਦੇ ਵਾਸ ਹੋ ਕਰਕੇ, ਵਿਕਾਰਾਂ ਦੇ ਵਾਸ ਹੋ ਕਰਕੇ ਆਪਣੇ ਮੂਲ ਨੂੰ ਭੁੱਲ ਜਾਂਦਾ ਹੈ। ਜਿਵੇਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਆਪਾਂ ਜਿਹੜੀ ਸਵੱਛ ਖੁਰਾਕ ਖਾਂਦੇ ਹਾਂ, ਜਿਹੜੀ ਚੰਗੀ ਖੁਰਾਕ ਹੈ, ਸੁਧਰੀ ਖੁਰਾਕ ਹੈ, ਭਾਵ ਜਿਹਦੇ ਵਿੱਚ ਸਾਰੇ ਗੁਣ ਹੋਣ, ਸਰੀਰ ਨੂੰ ਸਵਸਥ ਤੰਦਰੁਸਤ ਰੱਖਣ ਵਾਸਤੇ ਚੰਗੀ ਖੁਰਾਕ ਦੀ ਲੋੜ ਹੈ। ਇਸੇ ਤਰ੍ਹਾਂ ਹੀ ਜੋ ਸਾਡਾ ਮਨ ਹੈ ਨਾ, ਤੇ ਮਨ ਨੂੰ ਵੀ ਖੁਰਾਕ ਦੀ ਲੋੜ ਹੈ। ਮਨ ਦੇ ਖੁਰਾਕ ਦੇ ਵਾਸਤੇ ਦੋ ਤਰ੍ਹਾਂ ਦੀ ਵਿਚਾਰ ਹੈ। ਇੱਕ ਤਾਂ ਸਤਸੰਗ ਜੀ, ਜਿਹੜੇ ਵਿਕਾਰਾਂ ਵਾਲੇ ਵਿਚਾਰ ਹਨ, ਇਹ ਮਨ ਨੂੰ ਰੋਗੀ ਬਣਾ ਦਿੰਦੇ ਹੈ। ਜਿਹੜੀ ਅਧਿਆਤਮਿਕ ਵਿਚਾਰ ਹੈ, ਜਿਹੜੀ ਸਤਿਗੁਰੂ ਵੱਲੋਂ ਬਖਸ਼ੀ ਹੋਈ ਬ੍ਰਹਮ ਦੀ ਵਿਚਾਰ ਹੈ, ਇਹ ਮਨ ਨੂੰ ਤੰਦਰੁਸਤ ਕਰਦੀਆਂ ਨੇ ਵਿਚਾਰਾਂ। ਸੋ ਜ਼ਿਆਦਾਤਰ ਜਿਹੜੇ ਜੀਵ ਹਨ, ਇਹ ਜਿਹੜੀ ਅਸਲੀ ਖੁਰਾਕ ਹੈ ਸਾਡੇ ਮਨ ਦੀ, ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਸਿੱਖੀ ਸਿੱਖਿਆ ਗੁਰ ਵਿਚਾਰ, ਵੀ ਸਿੱਖ ਨੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ, ਭਾਵ ਜੋ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਨੇ ਉਹ ਵਿਚਾਰ ਨੂੰ ਹਰ ਵੇਲੇ ਯਾਦ ਰੱਖਣਾ। ਜਿਹੜੇ ਕੰਮਾਂ ਤੋਂ ਸਾਨੂੰ ਵਿਵਰਜਿਤ ਕੀਤਾ ਹੈ, ਮਨ੍ਹਾ ਕੀਤਾ ਹੈ, ਉਹ ਤੋਂ ਦੂਰ ਰਹਿਣਾ ਹੈ। ਜਿਹੜੇ ਸ਼ੁਭ ਕਰਮ ਹਨ, ਸੇਵਾ ਸਿਮਰਨ, ਉਹਦੀ ਗੁਰੂ ਆਗਿਆ ਕਰਦੇ ਨੇ, ਉਹ ਨਿੱਤ ਆਪਾਂ ਕਰਨੇ। ਜਦੋਂ ਮਨ ਜੋ ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਆ ਭਾਈ ਇਹ ਕਾਰਜ ਤੈਂ ਕਰਨਾ, ਉਹਨੂੰ ਭੁਲਾ ਕਰਕੇ ਆਪਣੀ ਮਤ ਵਰਤਦਾ ਹੈ, ਫਿਰ ਇਹ ਆਪਣਾ ਆਤਮਕ ਜਿਹੜਾ ਬਲ ਹੈ ਨਾ, ਉਹਨੂੰ ਗਵਾ ਲੈਂਦਾ ਹੈ। ਜਿਹੜਾ ਆਤਮਕ ਬਲ ਹੈ ਹਰ ਇੱਕ ਦੇ ਕੋਲ ਹੈ, ਪਰ ਕੋਈ ਬੰਦਾ ਕਿੰਨਾ ਮਰਜ਼ੀ ਤਾਕਤਵਰ ਹੋਵੇ, ਸਰੀਰਕ ਤੌਰ 'ਤੇ ਕਿੰਨਾ ਮਰਜ਼ੀ ਉਹਦੇ ਕੋਲ ਸਰੀਰਕ ਬਲ ਹੋਵੇ, ਪਰ ਜੇ ਕਿਤੇ ਨਾ 5-4 ਦਿਨ ਕਿਤੇ ਬੁਖਾਰ ਚੜ੍ਹ ਜਾਵੇ ਜਾਂ ਕੋਈ ਹੋਰ ਐਸੀ ਭਿਆਨਕ ਬਿਮਾਰੀ ਲੱਗ ਜਾਵੇ, ਉਹ ਬੰਦਾ ਵੀ ਮੰਜੇ 'ਤੇ ਪੈ ਜਾਂਦਾ ਹੈ, ਉਹਦਾ ਸਰੀਰ ਤੁਰਨ ਤੋਂ ਵੀ ਰਹਿ ਜਾਂਦਾ ਹੈ।
ਕਿਸੇ ਦੇ ਸਹਾਰੇ ਤੁਰਦਾ ਹੈ। ਸਰੀਰਕ ਵੱਲ ਵੀ ਇਸ ਤਰ੍ਹਾਂ ਬਿਮਾਰੀਆਂ ਦੇ ਨਾਲ, ਰੋਗਾਂ ਦੇ ਨਾਲ ਨਿਰਬਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਸਾਡਾ ਮਨ ਹੈ, ਅਤੇ ਇਸ ਨੂੰ ਸਤਸੰਗ ਦੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਹਨ। ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਤਨ ਮੈਂ ਹੋਤੀ ਕੋਟ ਆਪਾਦ। ਇੱਕ ਨਹੀਂ ਕਰੋੜੇ ਕਿਹਾ ਮਹਾਰਾਜ ਨੇ, ਕਰੋੜੇ ਆਪਾਧੀਆਂ ਨੇ ਸਾਡੇ ਅੰਦਰ ਮਨ ਵਿੱਚ। ਐਸੇ ਸਤਸੰਗ ਜੀ ਭਿਆਨਕ ਇਸ ਮਨ ਨੂੰ ਰੋਗ ਲੱਗੇ ਹੋਏ, ਸੋ ਪਰਮਾਤਮਾ ਵਾਲੇ ਪਾਸੇ ਤੁਰ ਨਹੀਂ ਸਕਦਾ, ਬੜਾ ਕਮਜ਼ੋਰ ਹੋ ਗਏ। ਅੱਜ ਦਾ ਜੋ ਸ੍ਰੀ ਪਾਵਨ ਮੁੱਖ ਵਾਕ ਹੈ, ਇਸ ਮੁੱਖ ਵਾਕ ਸਤਿਗੁਰੂ ਮਹਾਰਾਜ ਜੀ ਇਹੀ ਫਰਮਾ ਰਹੇ ਨੇ ਕਿ ਸਾਨੂੰ ਬੰਧਨ ਪਏ ਹੋਏ ਹਨ, ਅਸੀਂ ਆਪਣਾ ਜਿਹੜਾ ਆਤਮਕ ਬਲ ਹੈ ਉਹ ਗਵਾ ਚੁੱਕੇ ਹਾਂ, ਅਸੀਂ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕੇ ਹਾਂ। ਸੋ ਇਹ ਸਾਨੂੰ ਫਿਰ ਇਹ ਬੰਧਨ ਪੈ ਗਏ। ਜਦੋਂ ਕੋਈ ਬੰਦਾ ਆਪਣੀ ਸਰੀਰਕ ਸ਼ਕਤੀ ਗਵਾ ਲੈਂਦਾ ਨਾ, ਉਹ ਇੱਕ ਬੰਧਨ ਹੀ ਹੈ, ਉਹ ਆਪਣੇ ਆਪ ਕੁਝ ਨਹੀਂ ਕਰ ਸਕਦਾ। ਫਿਰ ਉਹ ਡਾਕਟਰਾਂ ਦੇ ਵੱਸ ਹੋ ਜਾਂਦਾ, ਡਾਕਟਰ ਉਹਨੂੰ ਦਵਾਈਆਂ ਦਿੰਦੇ ਆ, ਉਹਦਾ ਇਲਾਜ ਕਰਦੇ ਆ। ਇਸੇ ਤਰ੍ਹਾਂ ਸਤਸੰਗ ਜੀ ਅਸੀਂ ਵੀ ਰੋਗ ਦੇ ਸਹਿਤ ਹਾਂ। ਵੱਡਾ ਰੋਗ ਕਿਹੜਾ ਹੈ? ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਸਾਨੂੰ ਹੀ ਲੱਗਿਆ ਹੋਇਆ। ਇਹ ਰੋਗ ਦੇ ਕਰਕੇ ਜੀਵ ਆਪਣਾ ਜਿਹੜਾ ਆਤਮਕ ਬਲ ਹੈ ਉਹ ਤੋਂ ਸੱਖਣਾ ਹੋ ਜਾਂਦਾ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿਹੜੇ ਇਹ ਰੋਗ ਹਨ, ਔਗਣ ਕਹਿ ਲਓ, ਇਹ ਵੀ ਸਾਡੇ ਪੈਰਾਂ ਨੂੰ ਪੈਖੜ ਪਏ ਹੋਏ ਨੇ। ਮਹਾਰਾਜ ਕਹਿੰਦੇ, ਲੱਭ ਅਧੇਰਾ ਪੱਦੀ ਬੰਦੀ ਖਾਨਾ, ਔਗਣ ਪੈਰ ਲੁਹਾਰੀ। ਕਹਿੰਦੇ ਇਹ ਸਾਨੂੰ ਬੰਦੀ ਖਾਨਾ, ਬੰਧਨ ਪਏ ਹੋਏ ਨੇ। ਲੱਭ ਅੰਧੇਰਾ, ਕਹਿੰਦੇ ਲੋਭ ਲਾਲਚ ਦਾ ਐਸਾ ਅੰਧਕਾਰ ਦਾ ਨਾ ਇਹ ਐਸਾ ਬੰਦੀ ਖਾਨਾ ਹੈ, ਤੇ ਕੁਝ ਦਿਖਦਾ ਵੀ ਕੁਝ ਨਹੀਂ। ਕਿ ਲੋਭ ਨੂੰ ਸਤਸੰਗ ਜੀ ਗ੍ਰੰਥਾਂ ਦੇ ਵਿੱਚ ਇਹ ਵੀ ਕਿਹਾ ਵੀ ਇਹ ਜੀਵ ਨੂੰ ਅੱਖਾਂ ਤੋਂ ਦਿਸਣੋਂ ਹਟਾ ਦਿੰਦਾ ਹੈ। ਤੇ ਲੋਭ ਅੰਧਕਾਰ ਐਸੇ ਵਿਕਾਰ ਭਜੇ ਜੀਵ, ਕਹਿੰਦੇ ਕਿਉਂ? ਮਹਾਰਾਜ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਲਾ ਕਰੋਰੇ ਕੋਰ ਜੋਰੇ ਮਨ ਹੀ ਹੋ ਰੇ, ਪਰੇ ਪਰੇ ਹੀ ਗੋਲੂ ਜੀ ਹੈ। ਸੋ ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੁਹਾਰੀ। ਤੇ ਮਹਾਰਾਜ ਕਹਿੰਦੇ, ਲੱਭ ਲਾਲਚ ਦਾ ਜਿਹੜਾ ਹੈ ਬੰਦੀ ਖਾਨਾ ਜੀਵ ਵਿੱਚ ਕੈਦ ਹੋਇਆ ਹੈ, ਔਗਣ ਪੈਰ ਲੁਹਾਰੀ। ਲੁਹਾਰੀ ਕਹਿੰਦੇ ਬੇੜੀਆਂ ਨੂੰ, ਜਿਹੜੇ ਔਗਣ ਨੇ ਕਹਿੰਦੇ ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ ਹਨ। ਫਿਰ ਕਹਿੰਦੇ, ਤੇ ਪਾਪ ਪੂੰਜੀ ਮਾਰ ਪਵੇ ਨਿਤ ਮੁਦਗਰ, ਪਾਪ ਕਰੇ ਕੋਟਵਾਰੀ। ਜਿਹੜੇ ਸਾਡੇ ਕੋਲ ਪਾਪਾਂ ਦੀ ਪੂੰਜੀ ਹੈ ਨਾ, ਇਹ ਮੁਦਗਰ ਸਤਸੰਗ ਜਿਹੜਾ ਮੋਹਲਾ ਹੁੰਦਾ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮੋਹਲੇ ਦੇ ਵਿੱਚ ਉਹ ਮੁਦਗਰ ਤੇ ਉਖਲੀ ਹੁੰਦੀ ਸੀ ਨਾ, ਢੋਲਿਆਂ ਦੇ ਵਿੱਚ ਚਾਵਲ ਨੂੰ, ਚੌਲਾਂ ਨੂੰ ਘਿਰਨ ਵਾਸਤੇ, ਤੇ ਉਹ ਚੌਲਾਂ ਨੂੰ ਕੁੱਟਿਆ ਜਾਂਦਾ ਸੀ, ਉਹਦਾ ਪ੍ਰਮਾਣ ਹੈ। ਕਹਿੰਦੀ ਪੂੰਜੀ ਮਾਰ ਨਿਤ ਮੁਦਗਰ, ਪਾਪ ਕਰੇ ਕੋਟਵਾਰੀ। ਕਹਿੰਦੇ ਜੀ, ਪਿਛਲੇ ਜਿਹੜੇ ਪੂਰਬਲੇ ਜਿਹੜੇ ਖੋਟੇ ਕਰਮ ਨੇ ਉਹਨਾਂ ਦਾ ਪ੍ਰੇਰਿਆ ਹੋਇਆ, ਤੇ ਮੁੜ ਮੁੜ ਕੇ ਇਹ ਪਾਪ ਕਰਮ ਕਰਦਾ। ਔਗਣਾਂ ਦੀਆਂ ਜੰਜੀਰਾਂ ਪਈਆਂ ਹੋਈਆਂ ਨੇ, ਬੇੜੀਆਂ ਪਈਆਂ ਨੇ, ਪਰ ਮਹਾਰਾਜ ਕਹਿੰਦੇ ਪਾਪ ਕਰੇ ਕੋਟਵਾਰੀ। ਕੋਟਵਾਰੀ ਕਹਿੰਦੇ ਨੇ ਕੋਤਵਾਲ ਨੂੰ, ਪਰ ਕਹਿੰਦੇ ਇਹ ਜਿਹੜਾ ਕੋਤਵਾਲ ਧਰਮ ਰਾਜ ਹੈ, ਕਹਿੰਦੇ ਉੱਥੇ ਜਾ ਕੇ ਫਿਰ ਇਹਦਾ ਹਿਸਾਬ ਕਿਤਾਬ ਵੀ ਹੋਣਾ। ਪਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ, ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਜ਼ਰ ਤੁਮਾਰੀ, ਉਹਦੀ ਨਜ਼ਰ ਦੇ ਨਾਲ ਹੀ ਅਸੀਂ ਔਗਣਾਂ ਤੋਂ ਛੁਟਾਂਗੇ। ਨਾਨਕ ਔਗਣ ਜੇਤੜੇ ਤੇਤੜੇ ਗਲੀ ਜੰਜੀਰ, ਜਿੰਨੇ ਵੀ ਔਗਣ ਨੇ ਕਹਿੰਦੇ ਸਾਰੇ ਸਾਡੇ ਗਲ ਵਿੱਚ, ਸਾਡੇ ਪੈਰਾਂ ਵਿੱਚ ਇਹ ਬੇੜੀਆਂ ਪਈਆਂ ਹੋਈਆਂ ਹਨ। ਜੇ ਗੁਣ ਹੋਣ ਤਾਂ ਕੱਟੀਆਂ ਨੂੰ, ਸੇ ਭਾਈ ਸੇ ਵੀਰ। ਕਹਿੰਦੇ ਭਾਈ, ਜੇ ਸਾਡੇ ਕੋਲ ਸ਼ੁਭ ਗੁਣ ਹੋਣਗੇ ਨਾ, ਇਹਨਾਂ ਗੁਣਾਂ ਕਰਕੇ ਹੀ ਅਸੀਂ ਔਗਣਾਂ ਦੀਆਂ ਬੇੜੀਆਂ ਤੋਂ ਬਚਾਂਗੇ। ਸੇ ਭਾਈ ਸੇ ਵੀਰ, ਉਹੀ ਸਾਡੇ ਭਰਾ ਹਨ ਜਿਹੜੇ ਸ਼ੁਭ ਗੁਣ ਹਨ। ਸ਼ੁਭ ਗੁਣਾਂ ਦੇ ਸਹਿਤ ਹੋ ਕੇ ਹੀ ਅਸੀਂ ਇਹਨਾਂ ਔਗਣਾਂ ਤੋਂ ਬਚ ਸਕਦੇ ਹਾਂ।
ਇਸੇ ਕਰਕੇ ਸ੍ਰੀ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਕਹਿ ਦਿੱਤਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਾਰੇ ਗੁਣ ਵਾਹਿਗੁਰੂ ਦੇ ਨੇ ਜੇ ਚੰਗੇ ਗੁਣ ਹਨ, ਬਿਨਾਂ ਗੁਣਾਂ ਤੋਂ ਪਰਮਾਤਮਾ ਦੀ ਭਗਤੀ ਬੰਦਗੀ ਨਹੀਂ ਹੋ ਸਕਦੀ। ਹੁਣ ਇਹਨਾਂ ਗੁਣਾਂ ਨੂੰ ਸਾਨੂੰ ਸਤਿਗੁਰੂ ਮਹਾਰਾਜ ਜੀ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਦੀ ਵਿਚਾਰ ਨਾਲ ਜੋੜਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਹਨ ਅਤੇ ਜਿਹੜੀ ਗੁਰਬਾਣੀ ਹੈ ਬਾਰੇ ਕਹਿੰਦੇ ਨੇ, ਇੱਥੋਂ ਸਾਨੂੰ ਇੱਕ ਤਾਂ ਸਾਡਾ ਜਿਹੜਾ ਹਿਰਦਾ ਹੈ ਨਾ, ਇਹ ਸਵੱਛ ਹੁੰਦਾ, ਸੱਚੀ ਬਾਣੀ ਸੁੱਚਾ ਹੋਏ। ਗੁਰਬਾਣੀ ਜਿਉਂ ਜਿਉਂ ਪੜ੍ਹਦੇ ਜਾਵਾਂਗੇ, ਵਿਚਾਰਦੇ ਜਾਵਾਂਗੇ, ਸਾਡੇ ਮਨ ਦੀ ਮੈਲ ਦੂਰ ਹੁੰਦੀ ਜਾਏਗੀ। ਫਿਰ ਸੱਚੀ ਬਾਣੀ ਸੁੱਚਾ ਹੋਏ, ਸਾਡਾ ਜਿਹੜਾ ਹਿਰਦਾ ਹੈ ਉਹ ਸ਼ੁੱਧ ਹੋਏਗਾ। ਫਿਰ ਮਹਾਰਾਜ ਕਹਿੰਦੇ ਗੁਣ ਤੇ ਨਾਮ ਪ੍ਰਾਪਤ ਹੋਏ। ਫਿਰ ਗੁਰਬਾਣੀ ਦੁਆਰਾ ਸਾਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੋਣੀ ਹੈ, ਫਿਰ ਗੁਣ ਤੇ ਨਾਮ ਪ੍ਰਾਪਤ ਹੋਏ, ਫਿਰ ਗੁਣਾਂ ਦੁਆਰਾ ਪਰਮਾਤਮਾ ਦੀ ਬੰਦਗੀ ਸਿਮਰਨ ਅਸੀਂ ਕਰ ਸਕਾਂਗੇ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ, ਕਹਿੰਦੇ ਪਰ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ। ਸਿੱਖਾਂ ਨੇ ਪੁੱਛਿਆ ਮਹਾਰਾਜ ਵੀ ਜਿਹੜੇ ਜੀਵ ਨੇ ਜਿਹੜੇ ਸੇਵਾ ਨਹੀਂ ਕਰਦੇ, ਸੇਵਾ ਦੋ ਪ੍ਰਕਾਰ ਦੀ ਹੈ, ਇੱਕ ਤਾਂ ਸਰੀਰ ਕਰਕੇ ਸੇਵਾ ਕਰਨੀ ਹੈ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਕਰੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਗਗਰਾਂ ਢੋਈਆਂ ਪਾਣੀ ਦੀਆਂ, ਸਾਰੇ ਗੁਰੂ ਸਾਹਿਬਾਨ ਨੇ ਸੇਵਾ ਕਰਕੇ ਸਾਨੂੰ ਸਾਡਾ ਜਿਹੜਾ ਮਾਰਗ ਦਰਸਾਇਆ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਇਕੱਲਾ ਕਿਹਾ ਨਹੀਂ, ਕਰਕੇ ਵਿਖਾਇਆ ਹੈ। ਸਤਿਗੁਰੂ ਮਹਾਰਾਜ ਨੇ ਚਾਰ ਉਦਾਸੀਆਂ ਲਾਈਆਂ, ਇਹ ਸੇਵਾ ਹੀ ਸੀ ਨਾ। ਫਿਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸੇਵਾ ਕੀਤੀ, ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਪਹਿਲਾਂ ਭਾਈ ਜੇਠਾ ਰੂਪ ਦੇ ਵੇ ਟੋਕਰੀਆਂ ਢੋਈਆਂ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿੰਗਲਵਾੜਾ ਬਣਾਇਆ, ਬਿਰਧ ਆਸ਼ਰਮ ਬਣਾਇਆ। ਸਤਿਗੁਰੂ ਮਹਾਰਾਜ ਜੀ ਭੇਸ ਵਟਾ ਕੇ ਵੀ ਸਿੱਖਾਂ ਦੀ ਸੇਵਾ ਕਰਦੇ ਜੀ, ਇਤਿਹਾਸ ਜੇ ਆਉਂਦਾ ਹੈ। ਸੋ ਕਹਿਣ ਤੋਂ ਭਾਵ ਵੀ ਇੱਕ ਤਾਂ ਇਹ ਸੇਵਾ ਹੈ ਅਤੇ ਹੁਣ ਵੀ ਸਾਧ ਸੰਗਤ ਦੀ ਸੇਵਾ ਕਰਨੀ। ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ੰਕਾ ਮਨੋ ਮਟਾਇਕ ਹੈ ਗੁਰਸਿੱਖਾਂ ਦੀ ਸੇਵ ਕਰਨ ਦਾ, ਵੀ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਕਰਨਾ। ਸਤਿਗੁਰ ਦੀ ਜਿਹੜੀ ਸੰਗਤ ਹੈ ਇਹਨੂੰ ਗੁਰੂ ਰੂਪ ਜਾਣਨਾ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਲੋਚੈ ਸੋ ਗੁਰੂ ਖੁਸ਼ੀ ਆਵੈ। ਇੱਕ ਤਾਂ ਇਹ ਸੇਵਾ ਹੈ, ਦੂਸਰੀ ਸੇਵਾ ਹੈ ਜੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਤੇ ਸਤਿਗੁਰ ਕੀ ਸੇਵਾ ਸ਼ਬਦ ਵਿਚਾਰ। ਸ਼ਬਦ ਕਹਿੰਦੇ ਨੇ ਬ੍ਰਹਮ ਨੂੰ, ਪਰਮਾਤਮਾ ਨੂੰ। ਸਤਿਗੁਰ ਇੱਕੋ ਹੀ ਹੈ, ਸਾਧ ਜੀ ਸਤਿਗੁਰ ਇੱਕੋ ਹੀ ਹੈ ਵਾਹਿਗੁਰੂ, ਕਿਉਂਕਿ ਆਪਾਂ ਰੋਜ਼ ਹੀ ਪੜ੍ਹਦੇ ਹਾਂ ਸਤਿਗੁਰ ਰਹਿਆ ਭਰ ਪੂਰੇ, ਜਿਹੜਾ ਸਾਰੇ ਪੂਰੀ ਪੂਰਨ ਹੈ। ਸਤ ਕੀ ਪਰਮੇਸ਼ਰ ਗੋ ਕੀ ਹਨੇਰੇ ਵਿੱਚ ਰੂਹ ਕੀ ਜੇ ਪ੍ਰਕਾਸ਼ ਕਰ ਦੇਵੇ, ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲੀ ਜਿਹੜੀ ਆਪਣੇ ਹਿਰਦੇ ਵਿੱਚ ਜਿਹੜਾ ਅਗਿਆਨਤਾ ਦਾ ਅੰਧਕਾਰ ਹੈ, ਉਸ ਹਨੇਰੇ ਵਿੱਚ ਕੇਵਲ ਵਾਹਿਗੁਰੂ ਦਾ ਨਾਮ ਹੀ ਚਾਨਣ ਕਰਨ ਵਾਲਾ ਹੈ। ਗੁਰਬਾਣੀ ਜੁਗਮ ਹੈ ਚਾਨਣ, ਕਰਮ ਬਸੈ ਮਨ ਆਏ। ਸੋ ਮਹਾਰਾਜ ਕਹਿੰਦੇ ਹਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਉਹ ਅਵਿਨਾਸੀ ਹੈ ਜੋ ਸਾਰਿਆਂ ਵਿੱਚ ਸਮਾਇਆ ਹੋਇਆ, ਉਹ ਸਤਿਗੁਰੂ ਦੀ ਗੱਲ ਕਰ ਰਿਹਾ ਮਹਾਰਾਜ। ਉਹਦੀ ਸੇਵਾ ਤੋਂ ਭਾਵ ਹੈ ਉਪਾਸ਼ਨਾ ਕਰਨੀ, ਸਿਮਰਨ ਕਰਨਾ। ਐਸਾ ਜੋ ਨਿਰੰਕਾਰ ਹੈ, ਉਸ ਨਿਰੰਕਾਰ ਦਾ ਹੀ ਸਰਗੁਣ ਸਰੂਪ ਦਸੇ ਪਾਤਸ਼ਾਹੀਆਂ ਨੇ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਹੁਣ ਇਹ ਜਿਹੜੀ ਸੇਵਾ ਹੈ ਭਾਵ ਕਿ ਸਿਮਰਨ ਕਰਨਾ, ਹੰਗਤਾ ਤੋਂ ਰਹਿਤ ਹੋ ਕਰਕੇ। ਤੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਏ। ਕਹਿੰਦੇ ਜਿਹੜੇ ਭਾਈ ਪੂਰੇ ਗੁਰੂ ਦੇ ਬਖਸ਼ੇ ਹੋਏ ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਜਾਪ ਨਹੀਂ ਕਰਦੇ ਨਾ, ਕਹਿੰਦੇ ਉਹਨੂੰ ਬੰਧਨ ਪਏ ਰਹਿਣਗੇ। ਜੇਤੇ ਕਰਮ ਕਮਾਏ, ਜਿੰਨੇ ਮਰਜ਼ੀ ਹੋਰ ਉਹ ਕਰਮ ਕਰ ਲਵੇ, ਨਿਸ਼ਪਾ ਜਿਹੜੇ ਹੈ ਸਕਾਮ ਕਰਮ ਨੇ, ਨਿਤ ਕਰਮ ਨੇ, ਨਿਮਿਤ ਕਰਮ ਨੇ, ਪਰਾਸ਼ਿਤ ਕਰਮ ਨੇ, ਕਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ, ਜਦੋਂ ਤੱਕ ਕਹਿੰਦੇ ਪੂਰੇ ਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਸਾਨੂੰ ਮੰਤਰ ਗੁਰਮੰਤਰ ਹੈ ਨਾ, ਉਹਦਾ ਸਿਮਰ ਨਹੀਂ ਕਰੇਗਾ, ਉਹਨਾਂ ਚਿਰ ਬੰਧਨ ਨਹੀਂ ਦੂਰ ਹੋਣੇ। ਇਹ ਤਾਂ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ। ਕਹਿੰਦੇ ਇਹ ਗੁਰਮੰਤਰ ਦੇ ਨਾਲ ਹੀ ਅੰਦਰੋਂ ਜਿਹੜੀ ਹੋਮੇ ਦੇ ਬੰਧਨ ਪਏ ਹੈ, ਇਹਦੇ ਗੁਰਮੰਤਰ ਦੇ ਨਾਲ ਹੀ ਸਾਧ ਸਿੰਘ ਜੀ ਇਹਨਾਂ ਦੀ ਨਿਵਿਰਤੀ ਹੋਣੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਚਾਰ ਚੜ੍ਹਿਓ ਕੈਲਾਸ਼ ਰਹਿਓ,
ਕੈਲਾਸ਼ ਪਰਬਤ ਹੈ ਹਿੰਦੁਸਤਾਨ ਵਿੱਚ, ਕਹਿੰਦੇ ਚਾਰ ਯੁੱਗ ਕੋਈ ਉਹਦੇ ਉੱਤੇ ਜਾ ਕੇ ਤਪੱਸਿਆ ਕਰੇ, ਯੁੱਗ ਚਾਰ ਚੜ੍ਹਿਓ ਕੈਲਾਸ਼ ਰਹਿਓ। ਫਿਰ ਕਹਿੰਦੇ ਕੋਟ ਬਰਸ ਤਰਪ ਤਪ ਉਰਧਮੁਖੀ ਤਨ ਬੈ ਸੰਤਰ ਦਾਹ ਦਿਓ। ਫਿਰ ਕਹਿੰਦੇ ਇੱਕ ਨਹੀਂ ਕਰੋੜਾਂ ਵਰੇ ਤਨ ਉਰਧਮੁਖੀ, ਕਹਿੰਦੇ ਆਪਣਾ ਸਿਰ ਹੇਠਾਂ ਕਰ ਲਏ, ਪੈਰ ਉੱਪਰ ਕਰ ਲਵੇ। ਜੈਸਾ ਕਿ ਸ੍ਰੀ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਹਾਂ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਕਈ ਲੋਕ ਇਸ ਤਰ੍ਹਾਂ ਕਰਦੇ ਸਨ। ਕਹਿੰਦੇ ਕੋਟ ਬਰਸ ਤਪ ਉਰਧਮੁਖੀ ਤਨ ਬੈ ਸੰਤਰ ਦਾਹ ਦਿਓ। ਕਹਿੰਦੇ ਇਤਨੇ ਕਰੋੜਾਂ ਵਰੇ ਤਪ ਕਰੇ ਆਪਣੇ ਸਰੀਰ ਨੂੰ, ਕਹਿੰਦੀ ਉਹਦੀ ਹੋਮ ਨਾ ਕਰ ਦੇਵੇ। ਨਿਮਖ ਨਿਮ ਕਰ ਸਰੀਰ ਕਟਾਵੇ, ਪਰ ਮਰ ਕੇ ਤੋਪ ਹੀ ਹੋਮੇ ਮੈਲ ਨਾ ਜਾਵੇ, ਇਹ ਕਰਮ ਵੀ ਕਰ ਲਵੇ। ਕਹਿੰਦੇ ਲਾਖ ਵਾਰ ਕੁਰਖੇਤਰ ਮੈਂ ਅਸਮੇਦ ਜਗ ਅਭੰਗ ਠਹਿਓ। ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਨੇ ਜਗ ਕਰਿਆ ਸੀ, ਉਹ ਸਫਲ ਨਹੀਂ ਸੀ ਹੋ ਰਿਹਾ। ਫਿਰ ਸਤਸੰਗ ਜੀ ਉੱਥੇ ਇੱਕ ਕੋਈ ਤਤ ਬੇਤਾ ਮਹਾਂਪੁਰਸ਼ ਜਿਹਨੂੰ ਬਾਲਮਿਕ ਰਿਸ਼ੀ ਕਹਿੰਦੇ ਆ, ਗੁਰਬਾਣੀ ਉਹਨਾਂ ਦਾ ਜ਼ਿਕਰ ਆਉਂਦਾ, ਫਿਰ ਉਹਨਾਂ ਨੇ ਆ ਕੇ ਚਰਨ ਪਾਏ ਸਨ, ਤਾਂ ਕਿਤੇ ਉਹ ਜੱਗ ਸਫਲਾ ਹੋਇਆ ਸੀ। ਉਹ ਜੱਗ ਦਾ ਹਵਾਲਾ ਦੇ ਰਿਹਾ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਲਾਖ ਵਾਰ ਕੁਰਖੇਤਰ ਮੈਂ ਅਸਮੇਦ ਜੱਗ ਅਭੰਗ ਠਹਿਓ, ਕਹਿੰਦੇ ਵਿਘਨ ਨਾ ਕੋਈ ਲੱਗੇ, ਜੱਗ ਸਫਲਾ ਹੋ ਜਾਵੇ। ਤੇ ਅਖੀਰ ਵਿੱਚ ਇਹ ਸਾਰੀਆਂ ਚੀਜ਼ਾਂ ਗਿਣਤੀ ਕਰਕੇ ਕੈਲਾਸ਼ ਪਰਬਤ ਦੀ ਤਪੱਸਿਆ, ਇਸ ਤਰ੍ਹਾਂ ਹੀ ਸਿਰ ਹੇਠਾਂ ਕਰਕੇ ਤਪ ਕਰਨਾ, ਸਰੀਰ ਦੀ ਹੋਮ ਨਾ ਕਰ ਦੇਣੀ, ਤੇ ਕੁਰਸ਼ੇਤਰ ਦੇ ਵਿੱਚ ਜਾ ਕੇ ਜੱਗ ਕਰਨੇ। ਭਾਈ ਸਾਹਿਬ ਜੀ ਕਹਿੰਦੇ ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਦਾ ਵਿਸ਼ੇਸ਼ ਇਤੀ ਸਭ ਤੋਂ ਸ਼੍ਰੋਮਣੀ ਹੈ, ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕਹਿੰਦੇ ਇੱਕ ਵਾਰੀ ਕੋਈ ਵਾਹਿਗੁਰੂ ਕਹਿ ਦੇਵੇ ਨਾ, ਉਹਨੂੰ ਇਹ ਸਾਰੇ ਜਿਹੜੇ ਜਪ ਤਪ ਕਰਨ ਦੀ ਲੋੜ ਨਹੀਂ। ਇਸ ਲਈ ਮਹਾਰਾਜ ਕਹਿੰਦੇ ਭਾਈ ਐਸਾ ਜੋ ਗੁਰੂ ਹੈ ਨਾ, ਉਹਦਾ ਜੋ ਬਖਸ਼ਿਆ ਹੋਇਆ ਗੁਰਮੰਤਰ ਹੈ, ਉਹਦੀ ਸੇਵਨਾ ਤੋਂ ਭਾਵ ਉਹਦੀ ਉਪਾਸ਼ਨਾ ਕਰੇ ਬਿਨਾਂ ਕਹਿੰਦੇ ਜੀਵ ਨੂੰ ਬੰਧਨ ਪਏ ਹੋਏ ਹੈ। ਧੰਨ ਧੰਨ ਗੁਰੂ ਕਨਗੀ ਧਰ ਪਾਤਸ਼ਾਹ ਮਹਾਰਾਜ। ਜਦੋਂ ਸ੍ਰੀ ਪਾਉਂਟਾ ਸਾਹਿਬ ਗਏ ਹਨ, ਤੇ ਪਾਉਂਟਾ ਸਾਹਿਬ ਸਤਿਗੁਰੂ ਮਹਾਰਾਜ ਜੀ ਉੱਥੇ ਜਾ ਕੇ, ਸਤਿਗੁਰੂ ਮਹਾਰਾਜ ਜਮਨਾ ਦੇ ਕੰਢੇ ਆਪਾਂ ਜਾਂਦੇ ਹਾਂ, ਉੱਥੇ ਜਾ ਕੇ ਦਰਸ਼ਨ ਕਰਦੇ ਹਾਂ। ਉੱਥੇ ਸਤਿਗੁਰੂ ਮਹਾਰਾਜ ਨੇ ਸ੍ਰੀ ਜਾਪ ਸਾਹਿਬ ਸੁਧਾ ਸਵਈਏ ਬਾਣੀ ਵਿਚਾਰਨ ਕਰੀਏ, ਸ੍ਰੀ ਅਕਾਲ ਉਸ ਦੀ ਬਾਣੀ ਉਚਾਰਨ ਕੀਤੀ ਹੈ। ਤੇ ਉੱਥੇ ਪੀਰ ਸਢੌਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਆਉਂਦਾ ਹੈ, ਤੇ ਇਹ ਮੁਸਲਮਾਨਾਂ ਦੇ ਵਿੱਚ ਇਹਦਾ ਬੜਾ ਸਤਿਕਾਰ ਸੀ। ਉੱਚ ਕੋਟੀ ਦਾ ਪੀਰ ਸਦਾਉਂਦਾ ਹੈ, ਵੱਡੀ ਉਮਰ ਦਾ ਹੈ, ਪਰ ਸਤਸੰਗ ਜੀ ਹਾਲੇ ਹਿਰਦੇ ਵਿੱਚ ਅਗਿਆਨ ਹੈ, ਆਪਣੇ ਸਰੂਪ ਦਾ ਹਾਲੇ ਇਹਨੂੰ ਗਿਆਨ ਨਹੀਂ ਹੋਇਆ, ਪਰ ਸਤਿਕਾਰ ਬੜਾ ਹੈ, ਨਮਸਕਾਰਾਂ ਬੜੀਆਂ ਹੁੰਦੀਆਂ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਾਲੇ ਚੜ੍ਹਦੀ ਜਵਾਨੀ ਸਤਿਗੁਰੂ ਮਹਾਰਾਜ ਜੀ ਦੀ, ਉਦੋਂ 18-19 ਸਾਲ ਦੀ ਉਮਰ ਸੀ ਸਤਿਗੁਰੂ ਮਹਾਰਾਜ ਜੀ ਦੀ, ਤੇ ਇਹ ਜਗਿਆਸਾ ਲੈ ਕੇ ਆ ਰਹੇ ਹੈ। ਇਹਨੇ ਸੁਣਿਆ ਵੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਜਾ ਮੱਕੇ ਵਿੱਚ ਗਏ, ਤੇ ਮੱਕਾ ਵੀ ਘੁੰਮ ਗਿਆ ਸੀ, ਫਿਰਿਆ ਮੱਕਾ ਕਲਾ ਵਿਖਾਰੀ, ਜਾਣਦਾ ਸੀ ਗੁਰੂ ਸਾਹਿਬਾਨਾਂ ਬਾਰੇ ਵੀ ਉਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 10ਵੇਂ ਜਾਮੇ ਵਿੱਚ ਇਸ ਵੇਲੇ ਸ੍ਰੀ ਪਾਉਂਟਾ ਸਾਹਿਬ ਦਸ਼ਮੇਸ਼ ਪਿਤਾ ਜੀ ਆਏ ਹੋਏ ਨੇ। ਇਹ ਜਗਿਆਸਾ ਲੈ ਕੇ ਆਇਆ ਵੀ ਸਤਿਗੁਰੂ ਜਾ ਕੇ ਮਿਲਦੇ ਹਾਂ, ਜੋ ਮੈਨੂੰ ਰੁਕਾਵਟਾਂ ਪੈ ਰਹੀਆਂ ਨੇ, ਜੋ ਖੁਦਾ ਸਾਖਸ਼ਾਤ ਨਹੀਂ ਹੋ ਰਿਹਾ, ਬੜਾ ਜ਼ੋਰ ਲਾ ਰਿਹਾ ਕਿ ਇਹ ਜਿਹੜੀਆਂ ਰੁਕਾਵਟਾਂ ਨੇ ਇਹ ਦੂਰ ਹੋ ਜਾਣ। ਇਹੀ ਬੰਧਨ ਹੈ ਸਤਸੰਗ ਜੀ ਹੋਮੇ ਦਾ, ਨਾਲੇ ਦੇ ਮਰੀਦ ਨੇ। ਜਦੋਂ ਇਹ ਚੱਲ ਕੇ ਆਇਆ ਤੇ ਸਤਿਗੁਰੂ ਮਹਾਰਾਜ ਜੀ ਉੱਥੇ ਸਵਾਇਮਾਨ ਸੰਗਤ ਵਿੱਚ ਹੋ ਰਹੇ ਹਨ, ਉਪਦੇਸ਼ ਕਰ ਰਹੇ ਹਨ। ਇਹਦੇ ਮਨ ਵਿੱਚ ਖਿਆਲ ਆਇਆ ਪੀਰ ਬੁੱਧੂ ਸ਼ਾਹ ਦੇ ਵੀ ਸਤਿਗੁਰੂ ਮਹਾਰਾਜ ਜੀ ਹਾਲੇ ਨੌਜਵਾਨ ਅਵਸਥਾ ਹੈ, ਮੇਰੀ ਵੱਡੀ ਉਮਰ ਹੈ, ਤੇ ਲੋਕ ਮੈਨੂੰ ਪੀਰ ਬੁੱਧੂ ਸ਼ਾਹ ਕਹਿੰਦੇ ਹੈ, ਮੇਰਾ ਸਤਿਕਾਰ ਕਰਦੇ ਨੇ, ਮੇਰੇ ਮਰੀਦ ਹਨ, ਪਰ ਜੇ ਮੈਂ ਜਾ ਕੇ ਨਮਸਕਾਰ ਕਰੀ ਜਾਂ ਕੋਈ ਅਧਿਆਤਮਿਕ ਤੌਰ 'ਤੇ ਕੁਛ ਸਵਾਲ ਪੁੱਛੇ
ਤੇ ਫਿਰ ਮੈਨੂੰ ਵੇਖਣ ਵਾਲੇ ਜਿਹੜੇ ਮੇਰੇ ਸ਼ਗਿਰਦ ਹਨ, ਮੇਰੇ ਜਿਹੜੇ ਮਰੀਦ ਨੇ, ਉਹ ਕਹਿਣਗੇ ਸਾਡਾ ਪੀਰ ਹਾਲੇ ਅਣਜਾਣੀ ਹੈ। ਤੇ ਸਤਸੰਗ ਜੀ ਬਸ ਇਹ ਥੋੜਾ ਜਿਹਾ ਇਹ ਸੂਖਮ ਜਿਹੀ ਹੋਮੇ ਦਾ ਪੜਦਾ ਹੈ, ਇਹ ਗੁਰੂ ਕਿਰਪਾ ਕਰੇ ਤਾਂ ਹੀ ਦੂਰ ਹੁੰਦਾ, ਤੇ ਨਹੀਂ ਤਾਂ ਹਰੇਕ ਬੰਦਾ ਕਿਸੇ ਨੂੰ ਮਰਜ਼ੀ ਪੁੱਛ ਕੇ ਦੇ ਦਿਓ ਕੁਛ ਥੋੜਾ ਬਹੁਤਾ, ਕੋਈ ਇਸ ਪਾਸੇ ਤੁਰਿਆ ਹੋਇਆ ਨਾ, ਤੇ ਬ੍ਰਹਮ ਗਿਆਨ ਦੀਆਂ ਗੱਲਾਂ ਤੋਂ ਘਟਨੀ ਅਵਸਥਾ ਦੱਸਦਾ, ਹਰੇ ਅੱਗੇ ਤੋਂ ਅੱਗੇ ਦੱਸੂਗਾ ਅਵਸਥਾ, ਪਰ ਸੱਚ ਬੋਲਣਾ ਚਾਹੀਦਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਕਹਿੰਦੇ ਹਨ ਕਿ ਧਾਨ ਪਿਰ ਇੱਕ ਹੀ ਸੰਗ ਵਾਸਾ ਵਿੱਚ ਹੋਮੇ ਭੀਤ ਕਰਾਰੀ। ਧਨ ਕਹਿੰਦੇ ਨੇ ਜੀਵ ਰੂਪ ਇਸਤਰੀ, ਫਿਰ ਕੀ ਇਹ ਪਤੀ ਪਰਮਾਤਮਾ ਇੱਕ ਹੀ ਸੰਗਵਾਸ, ਸਾਡੇ ਹਿਰਦੇ ਰੂਪੀ ਸੇਜਾ ਤੇ ਇਕੱਠੇ ਰਹਿ ਰਹੇ ਵਿੱਚ, ਪਰ ਹੋਮੇ ਭੀਤ ਕਰਾਰੀ, ਪਰ ਹੋਮੇ ਦੀ ਜਿਹੜੀ ਕੰਢ ਹੈ ਨਾ ਬੜੀ ਕਰੜੀ ਹੈ, ਇਸ ਕਰਕੇ ਸਾਨੂੰ ਪਰਮਾਤਮਾ ਸਾਖਸ਼ਾਤ ਨਹੀਂ ਹੋ ਰਿਹਾ। ਸੋ ਪੀਰ ਬੁੱਧੂ ਸ਼ਾਹ ਇਹਨੇ ਸੋਚਿਆ ਜੇ ਨਮਸਕਾਰ ਕਰੂੰਗਾ ਤੇ ਮੇਰਾ ਸਤਿਕਾਰ ਘਟੇਗਾ, ਇਹਨੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਕੱਢਿਆ ਮਿਲਾਉਣ ਵਾਸਤੇ। ਇਹ ਮੁਸਲਮਾਨ ਜਿਹੜੇ ਨੇ ਹੱਥ ਮਿਲਾਉਂਦੇ ਆ, ਗਲੇ ਲੱਗ ਕੇ ਮਿਲਦੇ ਆ। ਸਤਿਗੁਰੂ ਮਹਾਰਾਜ ਐਸੇ ਹਨ, ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ ਜੀਓ। ਸਤਿਗੁਰੂ ਹੁੰਦੇ ਉਹ ਹੈ ਜਿਹੜਾ ਸਭ ਨੂੰ ਆਪਣੇ ਨਾਲ ਮੇਲ ਲਵੇ, ਕੋਈ ਭੇਦਭਾਵ ਨਹੀਂ। ਤੇ ਵੱਡਾ ਉਹੀ ਹੁੰਦਾ ਸਤਸੰਗ ਜੀ, ਕੋਈ ਮਾਇਆ ਕਰਕੇ ਵੱਡਾ ਨਹੀਂ ਹੁੰਦਾ, ਜਾਂ ਕਿਸੇ ਕੋਲ ਕੋਈ ਹੋਰ ਗੁਣਾ ਕਰਕੇ ਵੱਡਾ ਨਹੀਂ ਹੁੰਦਾ। ਵੱਡਾ ਉਹ ਹੁੰਦਾ ਸੋ ਵੱਡਾ ਜਿਹਨੇ ਰਾਮ ਲਿਵ ਲਾਈ, ਵੱਡਾ ਉਹ ਹੁੰਦਾ ਜਿਹੜਾ ਛੋਟਿਆਂ ਨੂੰ ਆਪਣੇ ਬਰਾਬਰ ਲੈ ਆਵੇ, ਭਾਵ ਕਿ ਸਤਿਕਾਰ ਕਰੇ, ਜੋ ਕਿਸੇ ਦੀ ਇੱਛਾ ਹੈ, ਜਿਹੜੀ ਸ਼ੁਭ ਇੱਛਾ ਹੈ, ਅਤੇ ਉਸ ਇੱਛਾ ਨੂੰ ਪੂਰੀ ਕਰੇ ਅਤੇ ਉਹਨੂੰ ਸਿੱਧੇ ਰਸਤੇ ਪਾ ਦੇਵੇ। ਐਸਾ ਗੁਰਬਟ ਭਾਗੀ ਪਾਇਆ, ਉਲਹਿ ਮਾਰਗ ਜਿਨ੍ਹੇ ਬਤਾਇਆ। ਸੋ ਮਹਾਰਾਜ ਨੇ ਇਹਦਾ ਮਾਣ ਰੱਖਣ ਵਾਸਤੇ ਮਹਾਰਾਜ ਹੱਥ ਵੀ ਮਿਲਾਇਆ। ਅਤੇ ਸਤਸੰਗ ਜੀ ਜੋ ਸ਼ਬਦ ਕਹਿ ਰਹੇ ਆ ਵੀ ਜਿਹੜੇ ਬੰਧਨ ਹੈ ਨਾ ਹੋਮੇ ਦੇ, ਇੱਥੇ ਪੀਰ ਬੁੱਧੂ ਸ਼ਾਹ ਉੱਤੇ ਲਿਖਿਆ ਇਤਿਹਾਸ ਵਿੱਚ, ਇਹਨੇ ਇੱਕ ਸਵਾਲ ਕਰਿਆ ਅਤੇ ਮਹਾਰਾਜ ਨੂੰ ਕਹਿਣ ਲੱਗਿਆ, ਇਹ ਗੁਰੂ ਸਾਹਿਬ ਸਾਨੂੰ ਦੱਸੋ, ਮੈਨੂੰ ਦੱਸੋ ਵੀ ਜੀਵ ਅਤੇ ਖੁਦਾ ਦਾ ਮੇਲ ਕੈਸੇ ਹੋਵੇ, ਜੀਵ ਅਤੇ ਖੁਦਾ ਦਾ ਮੇਲ ਕਿਸ ਤਰ੍ਹਾਂ ਹੁੰਦਾ ਹੈ। ਅੱਗੋਂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਜਿਵੇਂ ਦਿਨ ਅਤੇ ਰਾਤ, ਜਿਵੇਂ ਦਿਨ ਅਤੇ ਰਾਤ ਦਾ ਮੇਲ ਹੈ। ਇਹਨੇ ਤਾਂ ਸਵਾਲ ਕਰਿਆ ਸੀ ਵੀ ਜਿਹੜੀ ਮੈਨੂੰ ਅੰਦਰ ਰੁਕਾਵਟ ਆ ਰਹੀ ਹੈ, ਵੀ ਮੈਂ ਬੜਾ ਜ਼ੋਰ ਲਾਉਂਦਾ ਵੀ ਖੁਦਾ ਸਾਖਸ਼ਾਤ ਹੋ ਜਾਵੇ, ਦਰਸ਼ਨ ਹੋ ਜਾਣ, ਸਵਾਲ ਕਰਿਆ ਸੀ। ਪਰ ਸਤਿਗੁਰੂ ਮਹਾਰਾਜ ਹੋਰ ਸਵਾਲ ਕਰ ਦਿੱਤਾ, ਜਿਵੇਂ ਦਿਨ ਅਤੇ ਰਾਤ ਦਾ ਮੇਲ। ਅਤੇ ਪੀਰ ਬੁੱਧੂ ਸ਼ਾਹ ਤਾਂ ਹੈਰਾਨੀ ਹੋ ਗਿਆ, ਕਹਿੰਦਾ ਮਹਾਰਾਜ ਮੈਂ ਤਾਂ ਸਵਾਲ ਕਰਿਆ ਸੀ ਵੀ ਮੈਨੂੰ ਕੁਝ ਗਿਆਨ ਹੋਵੇ, ਪਰ ਮੈਨੂੰ ਤਾਂ ਹੋਰ ਵੀ, ਮੈਂ ਤਾਂ ਉਲਝ ਗਿਆ ਵੀ ਦਿਨ ਅਤੇ ਰਾਤ ਦਾ ਤਾਂ ਮੇਲ ਹੀ ਨਹੀਂ ਹੁੰਦਾ। ਜਦੋਂ ਹੁਣ ਆਹ ਹੁਣ ਰਾਤ ਲੰਘੀ ਹੈ ਨਾ, ਜਿੰਨਾ ਚਿਰ ਰਾਤ ਸੀ ਕਿਤੇ ਸੂਰਜ ਨਹੀਂ ਸੀ, ਕਿਰਨਾਂ ਪ੍ਰਕਾਸ਼ ਹੋਈਆਂ ਅਤੇ ਧਰਤੀ ਦੇ ਉੱਤੇ, ਉਹਨਾਂ ਚਿਰ ਅੰਧਕਾਰ ਹੀ ਸੀ ਨਾ। ਜਦੋਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਈਆਂ, ਉਸ ਵੇਲੇ ਹਨੇਰਾ ਚਲਾ ਗਿਆ, ਰਾਤ ਚਲੀ ਗਈ, ਅਤੇ ਮੁੜ ਕੇ ਫੇਰ ਰਾਤ ਆ ਜਾਣੀ ਹੈ, ਦਿਨ ਦਾ ਜਿਹੜਾ ਸਮਾਂ ਸਮਾਪਤ ਹੋ ਜਾਏਗਾ। ਇਸ ਕਹਿਣ ਤੋਂ ਭਾਵ ਵੀ ਜਦੋਂ ਦਿਨ ਹੈ ਉਦੋਂ ਦਿਨ ਹੈ, ਜਦੋਂ ਰਾਤ ਹੈ ਉਦੋਂ ਰਾਤ ਹੈ, ਜਦੋਂ ਚਾਨਣਾ ਹੈ ਉਦੋਂ ਹਨੇਰਾ ਨਹੀਂ, ਜਦੋਂ ਹਨੇਰਾ ਹੈ ਉਦੋਂ ਚਾਨਣਾ ਨਹੀਂ। ਇਸੇ ਹੀ ਵਿਚਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਲਿਖਿਆ, ਮਹਾਰਾਜ ਕਹਿੰਦੇ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਹੋਮੇ ਦਾ ਨਾਂ ਨਾਲ ਵਿਰੋਧ ਹੈ, ਹਨੇਰੇ ਦਾ ਪ੍ਰਕਾਸ਼ ਨਾਲ ਵਿਰੋਧ ਹੈ, ਹੋਮੇ ਦੀ ਅੰਧਤਾਈ ਹੈ। ਸਤਸੰਗ ਜੀ ਦੇਖੋ, ਹੁਣ ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੇ ਵੱਡੇ ਦਰਖਤ ਜਿਹੜੇ ਨੇ ਆਪਾਂ ਵੇਖਦੇ ਹਾਂ, ਪਹਾੜਾਂ ਵੱਲ ਜਾਈਏ, ਜਦੋਂ ਹਨੇਰਾ ਹੁੰਦਾ ਨਾ, ਹਨੇਰੇ ਵਿੱਚ ਸਾਰਿਆਂ 'ਤੇ ਉਹ ਪੜਦਾ ਪਾ ਦਿੰਦਾ, ਕੁਝ ਵੀ ਨਜ਼ਰ ਨਹੀਂ ਆਉਂਦਾ। ਐਡੇ ਵੱਡੇ ਪਹਾੜ ਕੀ ਨਜ਼ਰ ਆਉਣੇ ਨੇ ਹਨੇਰੇ ਵਿੱਚ, ਤਾਂ ਸਤਸੰਗ ਜੀ ਆਪਾਂ ਨੂੰ ਆਪਣਾ ਸਰੀਰ ਵੀ ਨਹੀਂ ਦਿਸਦਾ। ਆਪਾਂ ਆਪਣੇ ਘਰੇ ਆਪਣੇ ਮਕਾਨ ਵਿੱਚ ਹੋਈਏ, ਕਿਤੇ ਵੀ ਹੋਈਏ ਨਾ, ਬਿਲਕੁਲ ਘੁੱਪ ਹਨੇਰਾ ਹੋਵੇ ਨਾ, ਅਤੇ ਆਪਣਾ ਸਰੀਰ ਵੀ ਨਜ਼ਰ ਨਹੀਂ ਆਉਂਦਾ। ਇੱਥੋਂ ਤੱਕ ਜਿਹੜਾ ਆਪਣਾ ਪਰਛਾਵਾਂ ਨਾ ਆਪਣੇ ਨਾਲ ਰਹਿੰਦਾ,
ਆਪਣਾ ਪਰਛਾਵਾਂ ਵੀ ਨਜ਼ਰ ਨਹੀਂ ਆਉਂਦਾ, ਆਪਣਾ ਸਰੀਰ ਵੀ ਨਜ਼ਰ ਨਹੀਂ ਆਉਂਦਾ। ਇਹ ਇਸ ਜਿਵੇਂ ਹਨੇਰਾ ਨਾ ਇਸ ਤਰ੍ਹਾਂ ਪਰਦਾ ਪਾ ਦਿੰਦਾ ਹੈ, ਸੋ ਇਦੋਂ ਵੀ ਜਿਹੜਾ ਖਤਰਨਾਕ ਹਨੇਰਾ ਹੈ ਉਹ ਹੈ ਹਮਹੋਮੇ ਦਾ। ਜਿਹੜੀ ਹਉਮੈ ਇਹਨੇ ਸਤਸੰਗ ਜੀ ਸਾਡੇ ਸਰੂਪ 'ਤੇ ਜੋ ਸਾਡਾ ਸੁਭ ਸਰੂਪ ਹੈ ਨਾ ਉਹ 'ਤੇ ਹਉਮੈ ਨੇ ਅੰਧਕਾਰ ਦਾ ਪਰਦਾ ਪਾ ਦਿੱਤਾ। ਇਸ ਲਈ ਜਦੋਂ ਮਹਾਰਾਜ ਨੇ ਕਿਹਾ ਕਿ ਜਿਵੇਂ ਦਿਨ ਅਤੇ ਰਾਤ ਦਾ ਮੇਲ, ਅਤੇ ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਆਈ ਦਿਨ ਅਤੇ ਰਾਤ ਦਾ ਮੇਲ ਕੈਸੇ ਹੋਏ। ਉੱਥੇ ਫਿਰ ਇਹ ਲਿਖਿਆ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੇ ਕਹਿੰਦੇ ਨੱਚਣਾ ਫਿਰ ਘੁੰਡ ਨਹੀਂ ਕੱਢਣਾ ਚਾਹੀਦਾ। ਇਹ ਲਿਖਿਆ ਕਹਿੰਦੇ ਉਹ ਐਸੀ ਮਹਾਰਾਜ ਦੀ ਦ੍ਰਿਸ਼ਟੀ ਹੋਈ, ਅਧਿਕਾਰੀ ਤਾਂ ਸੀ ਕਿਉਂਕਿ ਸਾਧਨ ਕਰ ਰਿਹਾ ਸੀ ਨਾ, ਅਭਿਆਸ ਕਰਦਾ ਸੀ। ਜਿਵੇਂ ਸਮਝ ਲਓ ਵੀ ਇੱਕ ਦੀਵਾ ਹੈ ਅਤੇ ਦੀਵੇ ਵਿੱਚ ਤੇਲ ਵੀ ਪਾਇਆ ਹੋਇਆ, ਬੱਤੀ ਵੀ ਪਾਈ ਹੋਈ ਹੈ, ਪਰ ਉਹ ਬੱਤੀ ਨੂੰ ਕੋਈ ਜਗਾਉਣ ਵਾਲਾ ਨਹੀਂ ਮਿਲਿਆ। ਸਭ ਕੁਝ ਤਿਆਰ ਹੈ, ਜਦੋਂ ਕੋਈ ਉਹਨੂੰ ਜਗਾਏਗਾ ਫਿਰ ਉਹ ਦੇਰ ਨਹੀਂ ਲੱਗਦੀ। ਅਤੇ ਆਪਾਂ ਹੁਣ ਦਰਬਾਰ ਸਾਹਿਬ ਵਿੱਚ ਬੈਠੇ ਹਾਂ, ਦਰਬਾਰ ਸਾਹਿਬ ਵਿੱਚ ਲਾਈਟਾਂ ਬੰਦ ਨੇ, ਹਨੇਰਾ, ਜਦੋਂ ਆਪਾਂ ਸੁੱਚ ਦਵਾਉਂਦੇ ਹਾਂ ਕਿੰਨਾ ਕੁ ਟਾਈਮ ਲੱਗਦਾ, ਉਸੇ ਵੇਲੇ ਪ੍ਰਕਾਸ਼ ਹੋ ਜਾਂਦਾ, ਇੱਕ ਸਕਿੰਟ ਵਿੱਚ ਹੀ ਚਾਨਣਾ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਕੋਈ ਸਾਧਨ ਕਰਦਾ ਹੈ, ਅਭਿਆਸ ਕਰਦੇ ਨਾ, ਚਾਹੇ ਉਹਨੂੰ ਜਨਮ ਲੱਗੇ ਦੋ ਜਨਮ ਲੱਗਣ, ਅਭਿਆਸ ਕਰਦਿਆਂ ਕਰਦਿਆਂ ਜਦੋਂ ਸਾਧਨ ਸੰਪੰਨ ਹੋ ਜਾਂਦਾ ਫਿਰ ਪੂਰੇ ਗੁਰੂ ਦਾ ਮਿਲਾਪ ਹੁੰਦਾ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਆ, ਉਸੇ ਵੇਲੇ ਗਿਆਨ ਦਾ ਚਾਨਣਾ ਦੇ ਦਿੰਦੇ ਆ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਸਤਿਗੁਰੂ ਮਹਾਰਾਜ ਜੀ ਫਿਰ ਗਿਆਨ ਦਾ ਦੀਵਾ ਜਗਾ ਦਿੰਦੇ ਆ। ਇਸੇ ਗੱਲ ਨੂੰ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਐਸਾ ਅਚਰਜ ਖੇਡ ਹੈ, ਕਹਿੰਦੇ ਚੰਨਣ ਹੋਵੇ ਚੰਨਣੋ ਕੋਲ ਚਲਤ ਨਾ ਜਾਣੇ। ਚੰਦਨ, ਚੰਦਨ ਦੇ ਸਾਹ ਸੁਗੰਧੀ ਦੇ ਨਾਲ ਬਾਕੀ ਦੇ ਜਿਹੜੇ ਬੂਟੇ ਉਹ ਵੀ ਚੰਦਨ ਹੋ ਜਾਂਦੇ ਆ। ਹਮ ਅਰਿੰਡ ਤੁਮ ਚੰਦਨ ਵਾਪ, ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਵਾਸਾ। ਜਿਵੇਂ ਸਾਹ ਜੀ ਜਿਹੜਾ ਅਰਿੰਡ ਹੈ ਨਾ, ਨਿੰਮ ਕਹਿ ਲਓ, ਨਿੰਮ ਬੜਾ ਕੌੜਾ ਹੈ, ਤੇ ਨਿੰਮ ਵਿੱਚੋਂ ਵੀ ਸੁਗੰਧੀ ਆ ਜਾਂਦੀ। ਸਿਰਫ ਇੱਕ ਬਾਂਸ ਦਾ ਬੂਟਾ ਹੈ ਜਿਹੜਾ ਅੰਦਰੋਂ ਥੋਥਾ ਹੁੰਦਾ, ਉਹਦਾ ਪ੍ਰਮਾਣ ਗੁਰਬਾਣੀ ਵਿੱਚ ਆਉਂਦਾ ਕਬੀਰ, ਬਾਂਸ ਬੜਾਈ ਬੁੱਢਿਆ ਉਮਤ ਬੁੱਢੋ ਕੋਏ, ਚੰਦਨ ਕਹਿ ਨਿਕਟੇ ਵੈਸੇ ਬਾਂਸ ਸੁਗੰਧ ਨਾ ਹੋਏ। ਭਾਵ ਜਿਹੜੇ ਹਉਮੈ ਵਾਲੇ ਹੁੰਦੇ ਆ, ਕਹਿੰਦੇ ਉਹ ਗੁਰੂ ਦੇ ਉਪਦੇਸ਼ ਤੋਂ, ਨਾਮ ਦੀ ਸੁਗੰਧੀ ਤੋਂ ਸੱਖਣੇ ਰਹਿ ਜਾਂਦੇ ਆ। ਕਹਿੰਦੇ ਚੰਨਣ ਹੋਵੇ ਚੰਨਣੋ ਕੋਈ ਚਲਤ ਨਾ ਜਾਣਾ, ਕਹਿੰਦੇ ਚੰਦਨ ਦੇ ਕੋਲੋਂ ਸੁਗੰਧੀ ਲੈ ਕੇ ਦੇਖ ਬਾਕੀ ਬੂਟੇ ਨਾ ਕੋਈ ਦਿਸਦਾ, ਕੋਈ ਸੁਗੰਧੀ ਕਿੱਧਰੋਂ ਆ ਰਹੀ ਹੈ ਕਿੱਧਰ ਜਾ ਰਹੀ ਹੈ। ਕੌਤਕ ਹੀ ਹੈ ਨਾ, ਇੱਕ ਅਚਰਜਤਾ ਹੀ ਹੈ ਨਾ। ਕਹਿੰਦੇ ਜਿਵੇਂ ਚੰਨਣ ਦੇ ਕੋਲੋਂ ਬੂਟੇ ਜਿਹੜੇ ਲੈ ਕੇ ਉਹ ਵੀ ਚੰਦਨ ਬਣ ਜਾਂਦੇ ਆ। ਫਿਰ ਕਹਿੰਦੇ ਦੀਵਾ ਵਲਦਾ ਦੀਵਿਓਂ ਸਮਸਰ ਪ੍ਰਵਾਣ, ਜਿਹੜੀ ਅੱਗ ਹੈ ਸਾਧ ਸਿੰਘ ਜੀ ਦੀਵੇ ਚ ਅੱਗੇ ਵਲਦੀ ਹੈ ਨਾ, ਉਹ ਜਿਹੜਾ ਦੀਵਾ ਵਲ ਰਿਹਾ ਉਹ ਬਲਦੇ ਦੀਵੇ ਚੋਂ ਜਿਹੜਾ ਦੂਸਰਾ ਦੀਵਾ ਬੁਝਿਆ ਹੋਇਆ, ਤੇਲ ਹੈਗਾ ਉਹਦੇ ਵਿੱਚ, ਬੱਤੀ ਪਾਈ ਹੋਈ ਹੈ, ਪਰ ਅੱਗ ਨਜ਼ਰ ਨਹੀਂ ਆ ਰਹੀ। ਜਦੋਂ ਦੂਸਰਾ ਦੀਵਾ ਛੂਹਿਆ ਉਸੇ ਵੇਲੇ ਅੱਗ ਪ੍ਰਗਟ ਹੋ ਗਈ। ਐਸੀ ਖੇਡ ਨਾ ਭਾਈ ਗੁਰਦਾਸ ਜੀ ਕਹਿੰਦੇ ਦੀਵਾ ਬਲਦਾ ਦੀਵਿਓਂ ਸਮਸਰ ਪ੍ਰਵਾਣ, ਇਹ ਪ੍ਰਮਾਣ ਹੈ ਅਧਿਆਤਮਿਕ ਤੌਰ ਤੇ। ਕਹਿੰਦੇ ਗੁਰੂ ਇਸ ਤਰ੍ਹਾਂ ਕਰਦਾ, ਜਿਵੇਂ ਚੰਦਨ ਕੋਲੋਂ ਸੁਗੰਧੀ ਮਿਲ ਜਾਂਦੀ ਹੈ ਦੂਸਰੇ ਦਰਖਤਾਂ ਨੂੰ, ਜਿਵੇਂ ਦੀਵੇ ਤੋਂ ਦੀਵਾ ਬਲ ਜਾਂਦਾ, ਬਲਿਓ ਚਿਰਾਗ ਅੰਧਿਆਰ ਮਹਿ, ਇਹ ਚਿਰਾਗ ਦੀਵਾ ਗੁਰੂ ਦਾ ਸ਼ਬਦ ਹੈ। ਇਉਂ ਸਾਡੇ ਹਿਰਦਿਆਂ ਵਿੱਚ ਗੁਰੂ ਗਿਆਨ ਦਾ ਦੀਵਾ ਜਗਾ ਰਹੇ ਹਨ। ਇਸੇ ਕਰਕੇ ਕਹਿੰਦੇ ਪਾਣੀ ਰਲਦਾ ਪਾਣੀ ਹੈ ਜਿਸ ਕੋ ਨਾ ਸਜਾਣਾ, ਤੇ ਇੱਕ ਛੱਪੜ ਦਾ ਪਾਣੀ, ਇੱਕ ਨਦੀ ਦਾ ਪਾਣੀ। ਛੱਪੜ ਵਾਲੇ ਪਾਣੀ ਜਦੋਂ ਆਪਾਂ ਨਦੀ ਵਿੱਚ ਪਾ ਦੇਈਏ ਫਿਰ ਉਹਨੂੰ ਪਛਾਣ ਨਹੀਂ ਸਕਦੇ ਵੀ ਇਹ ਛੱਪੜ ਵਾਲਾ ਪਾਣੀ ਹੈ, ਟੋਭੇ ਦਾ ਪਾਣੀ ਹੈ, ਨਹੀਂ, ਇੱਕ ਹੋ ਜਾਂਦਾ ਹੈ। ਜਿਵੇਂ ਭਾਰਤ ਕਹਿੰਦੇ ਹੈ ਤੇ ਗੰਗਾ ਜਿਹੜਾ ਹੈ ਨਦੀਆਂ ਨਾਲਿਆਂ ਟੋਭਿਆਂ ਕਾਜਲ ਜਾਏ ਪੈ ਫਿਰ ਸੁਸਰੀ, ਜੋ ਗੰਗਾ ਜਾ ਕੇ ਮਿਲ ਜਾਂਦਾ ਨਾ ਤੇ ਸੁਸਰੀ ਮਿਲ ਸੁਸਰੀ ਹੋ ਜਾਵੇ, ਕਹਿੰਦੇ ਉਹਦਾ ਹੀ ਰੂਪ ਹੋ ਜਾਂਦਾ, ਉਹ ਗੰਗਾ ਦਾ ਹੀ ਰੂਪ ਹੋ ਜਾਂਦਾ। ਇਹ ਪ੍ਰਮਾਣ ਭਾਈ ਸਾਹਿਬ ਜੀ ਦੇ ਰਹੇ। ਕਹਿੰਦੇ ਭਰਿੰਗੀ ਹੋਵੇ ਕੀੜਿਓ, ਇਹ ਕੀੜਾ ਹੈ ਸਾਧ ਜੀ ਭਰਿੰਗੀ, ਤੇ ਇਹਦਾ ਗੁਰਬਾਣੀ ਵਿੱਚ ਬਹੁਤ ਵਾਰੀ ਜ਼ਿਕਰ ਆਉਂਦਾ, ਤੇ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ। ਜਿਵੇਂ ਕੱਲ੍ਹ ਨਾ ਵਿਸਾਖੀ ਦਾ ਦਿਹਾੜਾ ਸੀ, ਖਾਲਸਾ ਪੰਥ ਸਾਜਣਾ ਦਿਵਸ ਆਪਾਂ ਸਾਰਿਆਂ ਨੇ ਮਨਾਇਆ ਤੇ ਮਨਾ ਰਹੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਪੰਜਾਂ ਸਿੰਘਾਂ ਦੇ ਸਿੱਖਾਂ ਦੀ ਸੀਸ ਕੱਟ ਕੇ ਦੁਬਾਰਾ
ਜੀਵਤ ਕੀਤਾ, ਉਹਨੂੰ ਅਮਰ ਕਰਿਆ। ਇਹ ਕੀੜਾ ਹੈ, ਭਾਈ ਗੁਰਦਾਸ ਜੀ ਦਾ ਹਵਾਲਾ ਦਿੰਦੇ ਹੈ, ਕਹਿੰਦੇ ਭ੍ਰਿੰਗੀ ਦੇ ਪੈ ਜਾਏ ਮਰ, ਉਹ ਕਿਸੇ ਹੋਰ ਕੀੜੇ ਨੂੰ, ਉਹਦਾ ਕੀੜਾ ਨਹੀਂ ਹੁੰਦਾ, ਉਹਨੂੰ ਕੋਈ ਕੀੜਾ ਮਿਲ ਜਾਂਦਾ, ਕਿਸੇ ਪ੍ਰਕਾਰ ਦਾ ਕੀੜਾ ਹੋਵੇ, ਉਹ ਕੀੜੇ ਨੂੰ ਲੈ ਕੇ ਆਉਂਦਾ, ਉਹਦੀ ਇੱਕ ਥਾਂ ਬਣਾਈ ਹੁੰਦੀ ਹੈ, ਉਹਦੇ ਵਿੱਚ ਜਾ ਕੇ ਉਹਨੂੰ ਬੰਦ ਕਰ ਦਿੰਦਾ, ਫਿਰ ਉਹਦੇ ਉੱਤੇ ਉਹ ਆਪਣਾ ਕੋਈ ਅੰਦਰੋਂ ਸਭ ਇਹੋ ਕੁਦਰਤ ਜਾਣਦੀ ਹੈ, ਪਰਮੇਸ਼ਰ ਜਾਣਦਾ। ਕਹਿੰਦੇ ਭ੍ਰਿੰਗੀ ਕੀੜਾ ਸਾ ਉਹਦੇ ਕੋਈ ਸ਼ਬਦ ਗਾਉਂਦਾ ਹੈ, ਉਹ ਸ਼ਬਦ ਹੀ ਐਸੀ ਕਲਾ, ਉਹ ਮਰਿਆ ਹੋਇਆ ਕੀੜਾ ਦੁਬਾਰੇ ਜਾਉਂਦਾ ਹੋ ਜਾਂਦਾ, ਪਰ ਉਹ ਮੁੜ ਕੇ ਉਹ ਕੀੜਾ ਨਹੀਂ ਹੁੰਦਾ, ਮੁੜ ਕੇ ਉਹ ਭ੍ਰਿੰਗੀ ਦੀ ਰੂਪ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਭ੍ਰਿੰਗੀ ਹੋਵੇ ਕੀੜਿਓ, ਕਹਿੰਦੇ ਕਰ ਚੋਜ ਬਣਾ, ਕਹਿੰਦੀ ਉਹਦੀ ਪ੍ਰਮਾਣ ਐਸੀ ਕਿਹੜਾ, ਕਹਿੰਦੀ ਇਹ ਪ੍ਰਮਾਣ ਦੇ ਰਹੇ, ਕਹਿੰਦੇ ਇਸੇ ਤਰੀਕੇ ਦੇ ਪੀਰ ਮਰੀਦਾਂ ਪਰਹੜੀ ਹੈਰਾਨ ਹੈਰਾਨ ਹੈ, ਕਹਿੰਦੇ ਜੀਵ ਹੈਰਾਨ ਹੋ ਜਾਂਦਾ ਵੀ ਜਿਹੜਾ ਪੂਰਾ ਪੀਰ ਹੈ ਨਾ ਗੁਰੂ, ਇਹਦੀ ਜਿਹੜੀ ਪ੍ਰੀਤੀ ਕਰਨੀ ਹੈ, ਕਹਿੰਦੇ ਇਹ ਸਿੱਖ ਨੂੰ ਉਹਦੇ ਨਾਲ ਮਿਲਾ ਦਿੰਦੀ ਹੈ, ਗੁਰੂ ਦਾ ਰੂਪ ਹੀ ਕਰ ਦਿੰਦੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਅਤੇ ਪੀਰ ਬੁੱਧੂ ਸ਼ਾਹ ਜਦੋਂ ਇਹ ਕਿਹਾ ਅਤੇ ਮਹਾਰਾਜ ਕਹਿੰਦੇ ਫਿਰ ਕਹਿੰਦੇ ਜਦੋਂ ਕੋਈ ਗੱਲ ਪੁੱਛਣੀ ਹੋਵੇ ਫਿਰ ਕਹਿੰਦੇ ਸਿੱਧਾ ਹੋ ਕੇ ਪੁੱਛਣਾ ਚਾਹੀਦਾ। ਫਿਰ ਸਤਿਗੁਰੂ ਨੇ ਐਸੀ ਕਿਰਪਾ ਕੀਤੀ, ਕਹਿੰਦੇ ਭਾਈ ਬੁੱਧੂ ਸ਼ਾਹ ਜੇ ਨੱਚਣਾ ਫਿਰ ਘੁਣ ਨਹੀਂ ਕਰਨਾ ਚਾਹੀਦਾ, ਫਿਰ ਕਹਿੰਦੇ ਪ੍ਰਤੱਖ ਹੀ ਕਹਿੰਦੇ ਨੱਚਣ ਲੱਗ ਪਿਆ, ਇਹਨੂੰ ਇੱਕ ਤਰ੍ਹਾਂ ਦੀ ਮਸਤੀ ਚੜ ਗਈ। ਗੁਰੂ ਨੇ ਐਸੀ ਕਿਰਪਾ ਕੀਤੀ, ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ, ਫਿਰ ਸਾਹ ਇਹਨੂੰ ਮਹਾਰਾਜ ਨੇ ਗਿਆਨ ਕਰਵਾਇਆ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੀਤੇ ਕਰਮ ਕਮਾਹੇ, ਬਿਨਾਂ ਪੂਰੇ ਗੁਰੂ ਤੋਂ ਜਿਹੜਾ ਜੀਵ ਕੋਈ ਕਰਮ ਕਰਦਾ ਕਹਿੰਦੇ ਸਾਰੇ ਬੰਧਨ ਹਨ, ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਹਨੂੰ ਬੇਗਿਆਨ ਕਰਵਾਇਆ। ਇਹੀ ਗੱਲ ਸਾਨੂੰ ਗੁਰਬਾਣੀ ਕਹਿ ਰਹੀ ਹੈ, ਸਤਿਗੁਰ ਮਿਲੇ ਮਰੇ ਮੰਦਾ, ਹੋਵੇ ਗਿਆਨ ਵਿਚਾਰੀ ਜੀ ਉਹ ਕਹਿੰਦੇ ਪੂਰਾ ਗੁਰੂ ਮਿਲ ਜਾਵੇ ਮਰੇ ਮੰਦਾ, ਮੰਦਾ ਕੀ ਹੰਕਾਰ ਮਰ ਜਾਂਦੇ ਅੰਦਰੋਂ। ਸਤਿਗੁਰੂ ਹੀ ਕਿਰਪਾ ਕਰਦੇ, ਜਿਸ ਗੁਰ ਪ੍ਰਸਾਦ ਟੁੱਟੇ ਹੋਂ ਰੋਗ, ਨਾਨ ਸੋਜਨ ਸਦਾ ਅਰੋਗ, ਜੇ ਗੁਰੂ ਕਿਰਪਾ ਕਰੇ ਨਾ ਕਰ ਕਿਰਪਾ, ਜਿਸ ਕੇ ਹਿਰਦੇ ਗਰੀਬੀ ਵਸਾਵੇ, ਗਰੀਬੀ ਨਿਮਰਤਾ ਦੀ ਗੱਲ ਹੈ ਨਾ। ਤੇ ਮਹਾਰਾਜ ਕਹਿੰਦੇ ਈਹਾਂ ਮੁਕਤ ਆਗੈ ਸੁਖ ਭਾਵ, ਉਹ ਇੱਥੇ ਮੁਕਤ ਹੋ ਜਾਂਦਾ। ਇਸ ਕਰਕੇ ਬਿਨਾਂ ਪੂਰੇ ਗੁਰੂ ਦੇ ਸਿਮਰਨ ਕੀਤਿਆਂ ਜੀ ਕੇ ਬੰਧਨਾਂ ਜੇਤੇ ਕਰਮ ਕਮਾ, ਜਿੰਨੇ ਵੀ ਕਰਮ ਕਰਦੇ ਸਾਰੇ ਬੰਧਨ ਹਨ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵੇ, ਮਰ ਜੰਮੈ ਆਵਹਿ ਜਾਏ, ਕਹਿੰਦੇ ਬਿਨਾਂ ਪੂਰੇ ਸਤਿਗੁਰੂ ਦੀ ਸੇਵਾ ਕਰਿਆ ਸਰੀਰਕ ਤੌਰ ਤੇ ਵੀ ਅਤੇ ਜੋ ਸਿਮਰਨ ਕਰਨ ਚਿੰਤਨ ਕਰਨ ਇਸ ਪ੍ਰਕਾਰ ਵੀ ਠਵਰ ਨਾ ਪਾਵੇ, ਠਾਵਰ ਨੂੰ ਟਿਕਾਣੇ ਦਾ ਹੈ। ਕਹਿੰਦੇ ਆਪਣੇ ਸਰੂਪ ਵਿੱਚ ਟਿਕਾਣਾ ਨਹੀਂ ਲੱਭਦਾ, ਕਹਿੰਦੇ ਪਰਮਾਤਮਾ ਦੇ ਦਰ ਤੇ ਟਿਕਾਣਾ ਨਹੀਂ ਲੱਭ ਸਕਦਾ, ਮਰ ਜਮਹਿ ਆਵੈ ਜਾਏ, ਉਹਨਾਂ ਚਿਰ ਇਹ ਆਉਣਾ ਗਾਉਣਾ ਆਉਣਾ ਜਾਣਾ ਬਣਿਆ ਰਹੇਗਾ, ਜਿੰਨਾ ਚਿਰ ਪੂਰੇ ਸਤਿਗੁਰੂ ਦੇ ਨਾਲ ਨਹੀਂ ਸਿੱਖ ਜੁੜਦਾ, ਸੇਵਾ ਨਹੀਂ ਕਰਦਾ। ਇਸੇ ਕਰਕੇ ਤਾਂ ਫਿਰ ਮਹਾਰਾਜ ਨੇ ਕਹਿ ਦਿੱਤਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੈ ਕੋਈ, ਪਿੱਛੋਂ ਵਿਵੇਕੀਆਂ ਜਾਏ, ਕਹਿੰਦੇ ਬਿਨਾਂ ਪੂਰੇ ਗੁਰੂ ਤੋਂ ਛੁਟਕਾਰਾ ਨਹੀਂ ਹੋਣਾ। ਸੋ ਭਾਈ ਗੁਰਦਾਸ ਜੀ ਵੀ ਇਹ ਗੱਲ ਕਹਿੰਦੇ ਹਨ ਕਿ ਬਿਨਾਂ ਪੂਰੇ ਗੁਰੂ ਤੋਂ ਸਿੱਖ ਦੀ ਕਲਿਆਣ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਨੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵੀ, ਮਰ ਜੰਮੇ ਆਵੇ ਜਾਏ, ਤੇ ਮੁੜ ਮੁੜ ਕੇ ਆਏਗਾ ਜੀਵ ਫੇਰ ਚਲਾ ਜਾਏਗਾ, ਛੁਟਕਾਰਾ ਨਹੀਂ ਹੋਣਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਚਾਰ ਜੁਗਾਂ ਦਾ ਭਰਮਣ, ਜੁਗ ਚਾਰੇ ਪਰਮਾਈ। ਇਸ ਕਰਕੇ ਮਹਾਰਾਜ ਕਿਰਪਾ ਕਰਨ, ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਵਜਾਈ, ਅਸੀਂ ਬੜੇ ਦੀਨ ਹਾਂ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਨੂੰ ਉਪਦੇਸ਼ ਬਖਸ਼ੋ, ਇਸ ਕਰਕੇ ਅਸੀਂ ਵੀ ਸਿਮਰਨ ਕਰ ਸਕੀਏ, ਸੇਵਾ ਕਰ ਸਕੀਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਤੇ ਸਾਧ ਸੰਗਤ ਬਹੁਤ ਵੱਡਾ ਸਤਿਗੁਰ ਸਾਨੂੰ ਉਪਦੇਸ਼ ਕਰ ਰਿਹਾ, ਕਹਿੰਦੇ ਬਿਨਾਂ ਨਾ ਸਿਮਰਨ ਕਰਿਆ ਅਥਵਾ ਬਿਨਾਂ ਸਾਧ ਸੰਗਤ ਦੀ ਸੇਵਾ ਕਰਿਆ, ਕਹਿੰਦੇ ਫਿੱਕਾ ਬੋਲਣਾ, ਜਿਹੜੀ ਸਾਡੀ ਜਵਾਨ ਹੈ ਸਾਧ ਸੰਗਤ ਜੀ ਫਿੱਕਾ ਬੋਲਦੀ ਰਹਿੰਦੀ ਹੈ, ਜਿਹੜਾ ਫਿੱਕਾ ਬੋਲਣਾ ਇਹਨੂੰ ਗੁਰਬਾਣੀ ਮਹਾਰਾਜ ਕਹਿੰਦੇ ਹੈ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫੁੱਕੀ ਸੋਏ, ਫਿੱਕਾ ਦਰਗਾ ਸੱਟੀਏ ਮੂੰਹ ਥੁੱਕਾ ਫਿੱਕਾ ਪਾਏ। ਜਿਹੜਾ ਫਿੱਕਾ ਬੋਲਦਾ ਨਾ ਭਾਵ ਕਿ ਜਵਾਨ ਤੋਂ ਹਰ ਵੇਲੇ ਕਿਸੇ ਨੂੰ ਜੀਤ ਕਿਸੇ ਦਾ ਮਨ ਦਿਖਾਉਣਾ, ਇਹ ਜਿਹੀਆਂ ਗੱਲਾਂ ਕਰਨੀਆਂ ਨੇ, ਹਰ ਵੇਲੇ ਕੁਝ ਨਾ ਕੁਝ ਕਹੀ ਜਾਣਾ, ਇਹ ਬਹੁਤ ਵੱਡਾ ਪਾਪ ਹੈ। ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸ ਤੋਂ ਅਸੀਂ ਬਚ ਕੇ ਰਹਿਣਾ ਸਿੱਖ ਨੇ,
ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਥੋੜਾ ਬੋਲਣਾ ਸਭਣਾ ਬੋਲਣਾ ਗੁਰਮਤ ਪਾਏ, ਬੋਲਣਾ ਵੀ ਗੁਰਮਤ ਹੈ ਇੱਕ, ਵੀ ਕਿਵੇਂ ਗੁਰੂ ਸਾਨੂੰ ਕਹਿ ਰਹੇ ਕਿਵੇਂ ਬੋਲਣਾ ਚਾਹੀਦਾ। ਤੇ ਮਹਾਰਾਜ ਕਹਿੰਦੇ ਬਾਬਾ ਬੋਲਣਾ ਕਿਆ ਕਹੀਏ, ਕਹਿੰਦੇ ਕਿਵੇਂ ਬੋਲੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਕਹਿੰਦੇ ਤੇਰੀਆਂ ਦੁਨਿਆਵੀ ਗੱਲਾਂ ਵਿੱਚੋਂ ਵੀ ਇਉਂ ਹੋਵੇ, ਸੁਣਨ ਵਾਲੇ ਨੂੰ ਲੱਗੇ ਵੀ ਬੜਾ ਸੋਹਣਾ ਇਹਦੀ ਜਵਾਨ ਹੈ, ਵੀ ਸੁਣਨ ਵਾਲੇ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋਵੇ, ਕਿਉਂਕਿ ਕੋਮਲ ਵਾਣੀ ਸਭ ਕੋ ਸੰਤੁਖ ਹੈ। ਜਿਹੜਾ ਮਿੱਠਾ ਬੋਲਣਾ ਨਾ, ਸਭ ਦੇ ਮਨ ਨੂੰ ਖੁਸ਼ੀ ਦਿੰਦਾ ਹੈ ਪਿਆਰਾ ਬੋਲਣਾ। ਇਸੇ ਕਰਕੇ ਤੇ ਮਹਾਰਾਜ ਨੇ ਕਹਿ ਦਿੱਤਾ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇਰ ਮੋਰਾ ਹੋ ਸੰਭਲਤ ਕਿ ਜੋ ਕਦੇ ਨਾ ਬੋਲੇ ਕੌਰਾ। ਮੇਰਾ ਸਵਾਮੀ ਮਾਲਕ ਪਤੀ ਪਰਮਾਤਮਾ ਦੁਨਿਆਵੀ ਜਿਹੜੇ ਪਤੀ ਪਤਨੀ ਨੇ ਸਾਹ ਸਿੰਘ ਜੀ, ਕਈ ਵਾਰੀ ਕਿੰਨਾ ਮਰਜ਼ੀ ਪਿਆਰਾ ਸੰਬੰਧ ਹੋਵੇ ਫੇਰ ਵੀ ਕਿਤੇ ਨਾ ਕਿਤੇ ਫਿੱਕਾ ਬੋਲ ਹੀ ਹੋ ਜਾਂਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਜੋ ਸਵਾਮੀ ਨਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲਤ ਕਿ ਜੋ ਕਦੇ ਨਾ ਬੋਲੇ ਕੌਰਾ। ਕਹਿੰਦੇ ਕਦੇ ਕੌੜਾ ਬੋਲਦੇ ਹੀ ਨਹੀਂ। ਤੇ ਸੋਭਾ ਰਾਮ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚੌਰ ਦੀ ਸੇਵਾ ਕਰਦਾ ਸੀ ਨਾ, ਐਡਾ ਨੇੜਲਾ ਸਿੱਖ, ਉਹਨੇ ਕੌੜੇ ਫਿੱਕੇ ਵਚਨ ਬੋਲਿਆ ਸੀ ਤੇ ਸਿੱਖ ਨੂੰ ਕਹਿੰਦਾ ਕਿਉਂ ਰਿਛ ਵਾਂਗੂ ਟੱਪੀ ਜਾਣਾ ਜੀ, ਉਹ ਦੇ ਪ੍ਰਸ਼ਾਦ ਲੈਣ ਵਾਸਤੇ ਆ, ਉਹਨੂੰ ਰਿਛ ਬਣਨਾ ਪਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਫਿੱਕਾ ਬੋਲਣੇ ਨਾ, ਫਿੱਕਾ ਬੋਲ ਬਗੂਚਣਾ ਸੁਣ ਮੂਰਖ ਮਨ ਅਜਾਣ। ਕਹਿੰਦੇ ਫਿੱਕਾ ਜਿਹੜਾ ਬੋਲਣਾ ਜੀਵ ਨੂੰ ਖੁਆਰ ਕਰਦਾ, ਕਈ ਜਨਮਾਂ ਦਾ ਗੁਰੂ ਦੇ ਨਾਲੋਂ ਵਿਛੋੜਾ ਪਾ ਦਿੰਦਾ। ਇਸ ਕਰਕੇ ਮਹਾਰਾਜ ਕਹਿ ਰਹੇ ਹੈ ਭਾਈ ਕਹਿੰਦੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ। ਜਿੰਨਾ ਚਿਰ ਅਸੀਂ ਨਿਮਰਤਾ ਧਾਰਨ ਕਰਕੇ ਸੇਵਾ ਨਹੀਂ ਕਰਾਂਗੇ, ਸਿਮਰ ਨਹੀਂ ਕਰਾਂਗੇ, ਇਹ ਜਵਾਨ ਸਾਡੇ ਵਸ ਨਹੀਂ ਆਏਗੀ ਤੇ ਨਾਮ ਨਾ ਵਸ ਹੈ ਮਨ ਆਏ ਤੇ ਮਨ ਵਿੱਚ ਨਾਮ ਦਾ ਵਾਸਾ ਨਹੀਂ ਹੋਏਗਾ। ਇਸ ਕਰਕੇ ਜਿਹੜਾ ਹੈ ਹਰ ਵੇਲੇ ਸਿਮਰਨ ਕਰੀਏ ਤੇ ਪਿਆਰਾ ਬੋਲਣਾ ਚਾਹੀਦਾ ਹੈ। ਨਾਨਕ ਬਿਨ ਸਤਿਗੁਰ ਸੇਵੇ ਜੰਪਰ ਬੁੱਧੇ ਮਾਰੀ ਹੈ। ਤੇ ਮਹਾਰਾਜ ਕਹਿੰਦੇ ਬਿਨਾਂ ਪੂਰੇ ਗੁਰੂ ਦੀ ਸੇਵਾ ਕਰਿਆ ਜਾਪੁਰ ਬੱਧੇ ਮਾਰੀ ਹੈ। ਉੱਥੇ ਬੰਨ ਕੇ ਸਾਧ ਸੰਗ ਜੀ ਕਹਿ ਰਹੇ ਹੈ ਬਿਨ ਸਤਿਗੁਰ ਸੇਜਾਂ ਪਰ ਬੱਧੇ ਮਾਰੀ ਮੁਕਾਲੇ ਉੱਠ ਜਾਏ। ਤੇ ਹੁਣ ਕੋਈ ਮੰਨੇ ਜਾਂ ਨਾ ਮੰਨੇ ਇਹ ਤਾਂ ਸਾਡੀ ਮਰਜ਼ੀ ਹੈ, ਪਰ ਗੁਰਬਾਣੀ ਤਾਂ ਸਾਨੂੰ ਪ੍ਰਥਕ ਕਹਿ ਰਹੀ ਹੈ। ਮਹਾਰਾਜ ਕਹਿੰਦੇ ਹਨ ਨਾਨਕ ਆਖੇ ਰੇਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉੱਥੇ ਕਹਿੰਦੇ ਵਹੀ ਕੱਢੀ ਜਾਣੀ ਹੈ। ਭਗਤ ਕਬੀਰ ਜੀ ਵੀ ਗੱਲ ਕਹਿੰਦੇ ਹੈ ਕਬੀਰ ਜੇਤੇ ਔਗਣ ਕੀਏ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਬੰਦਾ ਛਪਾਸ਼ ਪਾ ਕੇ ਰੱਖਦਾ ਹੈ। ਕਹਿੰਦੇ ਪ੍ਰਗਟ ਪਏ ਨਦਾਨ ਸਾਹਿਬ ਜਾ ਪੁੱਛੇ ਧਰਮ ਰਾਏ। ਉੱਥੇ ਕਿਵੇਂ ਛਪਾਏਗਾ ਉਹਨੂੰ, ਚੇਤਰ ਗੋਦੋ ਪੁੱਛਦੇ ਲੇਖਾ, ਉਹ ਲੇਖਾ ਪੁੱਛਣਗੇ ਨਾ ਕਿਵੇਂ ਛਪਾਏਗਾ। ਦੋ ਗੱਲਾਂ ਨੇ, ਇਹ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਜਿਵੇਂ ਦੁਨਿਆਵੀ ਜਿਹੜਾ ਆਪਾਂ ਨਾ ਧਨ ਕਮਾਉਂਦੇ ਹਾਂ ਪੈਸੇ ਕਮਾਉਂਦੇ ਹਾਂ ਆਪਾਂ ਛਪਾ ਕੇ ਰੱਖਦੇ ਹਾਂ ਵੀ ਕਿਤੇ ਚੋਰ ਚੋਰੀ ਕਰਕੇ ਨਾ ਲੈ ਜਾਣ। ਆਪਣੇ ਪੈਸਿਆਂ ਨੂੰ ਆਪਣੀ ਸੰਪਤੀ ਨੂੰ ਅਸੀਂ ਲੁਕਾ ਕੇ ਰੱਖਦੇ ਹਾਂ ਨਾ। ਇਸੇ ਤਰ੍ਹਾਂ ਹੀ ਜਿਹੜਾ ਸਾਡੇ ਕੋਲ ਆਤਮਕ ਧਨ ਹੈ ਜਾਂ ਜਿਹੜੇ ਸ਼ੁਭ ਗੁਣ ਹਨ, ਜੇ ਅਸੀਂ ਥੋੜ੍ਹੀ ਬਹੁਤੀ ਕੋਈ ਇੱਕ ਅੱਧਾ ਕੋਈ ਚੰਗਾ ਕਰਮ ਕਰ ਲਿਆ ਜਾਂ ਥੋੜ੍ਹੀ ਬਹੁਤੀ ਨਾਮ ਬਾਣੀ ਪੜ੍ਹ ਲਈ ਨਾਮ ਜਪ ਲਿਆ, ਜੇ ਕਿਸੇ ਨੂੰ ਦੱਸਾਂਗੇ ਨਾ ਸਾਧ ਸੰਗਤ ਜੀ, ਉਹਦਾ ਫਲ ਜਿਹੜਾ ਹੈ ਨਸ਼ਟ ਹੋ ਜਾਂਦਾ। ਕਿਉਂ ਗੁਰਬਾਣੀ ਕਹਿ ਰਹੀ ਹੈ, ਮਹਾਰਾਜ ਕਹਿੰਦੇ ਆਪ ਸਪੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਕਹਿਣ ਤੋਂ ਭਾਵ ਕੋਈ ਸ਼ੁਭ ਕਰਮ ਗੁਰੂ ਸਾਹਿਬ ਕਰਾਉਂਦੇ ਹੈ ਦੱਸਣ ਦੀ ਲੋੜ ਨਹੀਂ ਹੈ, ਉਹਨੂੰ ਛਪਾ ਕੇ ਰੱਖੋ। ਦੱਸਣਾ ਕੀ ਹੈ, ਜੀ ਭੁੱਲਣ ਹਾਰ ਹੈ ਲੇਖਾ ਕਤੇ ਨਾ ਛੂਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਵਸਲ ਹੈ ਨਾਨਕ ਪਾਰ ਉਤਾਰ। ਕਹਿੰਦੇ ਜੇ ਤੇਤੋਂ ਕੋਈ ਜਾਣੇ ਅਣਜਾਣੇ ਕੋਈ ਐਸਾ ਖੋਟਾ ਕਰਮ ਹੋ ਗਿਆ ਨਾ, ਉਹਨੂੰ ਛਪਾ ਕੇ ਨਾ ਰੱਖੀ, ਉਹਨੂੰ ਦੱਸ ਦੇਵੀ। ਇਸੇ ਕਰਕੇ ਸਾਡੇ ਕੋਲ ਵਿਧਾਨ ਹੈ, ਪੰਜਾਂ ਸਿੰਘਾਂ ਕੋਲ ਅਸੀਂ ਜਾ ਕੇ ਪੇਸ਼ ਹੋ ਜਾਂਦੇ ਹਾਂ ਨਾ, ਕਿਤੇ ਜਾਣੇ ਜੀਵ ਤੋਂ ਭੁੱਲ ਹੋ ਜਾਂਦੀ ਹੈ। ਜਦੋਂ ਪੰਜਾਂ ਸਿੰਘਾਂ ਦੇ ਅਸੀਂ ਜਾ ਕੇ ਪੰਜਾਂ ਪਿਆਰਾਂ ਦੇ ਪੇਸ਼ ਹੋਣੇ ਹਾਂ, ਫਿਰ ਸਾਰੇ ਗੁਰ ਕਿਰਪਾ ਕਰਦੇ ਪਿਛਲੇ ਔਗਣ ਵਖ ਲਏ ਪਰ ਆਗੈ ਮਾਰਗ ਪਾਵੇ। ਸੋ ਕਹਿਣ ਤੋਂ ਭਾਵ ਜੇ ਤਾਂ ਕੋਈ ਸ਼ੁਭ ਕਰਮ ਅਸੀਂ ਕਰਕੇ ਨਾ ਛੁਪਾ ਕੇ ਰੱਖਾਂਗੇ ਤਾਂ ਸਾਡੇ ਮਨ ਵਿੱਚ ਇਕਾਗਰਤਾ ਬਣੀ ਰਹੇਗੀ ਤੇ ਸ਼ੁਭ ਗੁਣਾਂ 'ਚ ਵਾਧਾ ਹੁੰਦਾ ਰਹੇਗਾ। ਜੇ ਦੱਸਾਂਗੇ ਉਹ ਨਸ਼ਟ ਹੋ ਜਾਂਦੇ ਹੈ। ਜਿਹੜੇ ਔਗਣ ਨੇ ਦੱਸ ਦੇਵਾਂਗੇ
ਤਾਂ ਨਾਸ਼ ਹੋ ਜਾਣਗੇ, ਛੁਪਾ ਕੇ ਰੱਖਾਂਗੇ ਉਹਦਾ ਬੋਝ ਬਣ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਬਿਨ ਸਤਿਗੁਰ ਸੇਵੇ ਜੰਪਰ ਬੱਧੇ ਮਾਰੀ ਹੈ, ਮੂੰਹ ਕਾਲੇ ਉੱਠ ਜਾਏ। ਕਹਿੰਦੇ ਭਾਈ ਜਿਹੜੇ ਸਿਮਰਨ ਤੋਂ ਹੀਣੇ ਪੁਰਸ਼ ਹਨ ਅਤੇ ਸਿਮਰ ਨਹੀਂ ਕਰਦੇ, ਪੂਰੇ ਗੁਰੂ ਦੀ ਸੇਵਾ ਨਹੀਂ ਕਰਦੇ, ਅਤੇ ਇਸ ਕਰਕੇ ਉਹ ਜੰਪਰ ਬੱਧੇ ਮਾਰੇ ਜਾਣਗੇ ਅਤੇ ਮੂੰਹ ਕਾਲੇ ਉੱਠ ਜਾਏ ਅਤੇ ਪਾਪਾਂ ਦੀ ਕਾੜਖ ਲੈ ਕੇ ਚਲੇ ਜਾਣਗੇ। ਮਹੱਲਾ ਤੀਜਾ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰਨਾਮੇ ਲੱਗੇ ਪਿਆਰ। ਕਹਿੰਦੇ ਇੱਕ ਐਸੇ ਗੁਰਸਿੱਖ ਨੇ ਉਹ ਸੇਵਾ ਕਰਦੇ ਚਾਕਰੀ, ਚਾਹ ਦੇ ਨਾਲ ਕਰਦੇ, ਬੱਧਾ ਚੱਟੀ ਨਹੀਂ ਭਰਦੇ, ਬੜੇ ਚਾਅ ਨਾਲ ਸੇਵਾ ਕਰਦੇ ਆ। ਜਿਸ ਤਰ੍ਹਾਂ ਭਾਈ ਮੰਝ ਜੀ ਨੇ, ਭਾਈ ਮੇਹਾ ਜੀ ਨੇ, ਧਮਧਾਨ ਸਾਹਿਬ ਹੈ ਅਤੇ ਸਤਿਸੰਗ ਜੀ ਹਰਿਆਣੇ ਵਿੱਚ ਪੈਂਦਾ ਹੈ ਗੁਰੂ ਕਾ ਸਥਾਨ। ਭਾਈ ਮੇਹਾ ਜੀ ਨੇ ਐਸੀ ਸੇਵਾ ਕਰੀ, ਉਸ ਇਲਾਕੇ 'ਚ ਪਾਣੀ ਨਹੀਂ ਸੀ, ਸਿਰ 'ਤੇ ਦਿਨ ਰਾਤ ਪਾਣੀ ਢੋਂਦਾ ਰਿਹਾ ਅਤੇ ਸਤਿਸੰਗ ਜੀ ਸਿਰ ਜ਼ਖਮ ਹੋ ਗਏ ਸਨ, ਇਹਦੇ ਸਿਰ ਵਿੱਚ ਜ਼ਖਮ ਹੋ ਗਏ, ਸਿਰ ਵਿੱਚ ਕਿਰਮ ਪੈ ਗਈ ਸੀ। ਮਾਤਾ ਨਾਨਕ ਜੀ ਨੇ ਵੇਖਿਆ, ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ, ਮਾਂ ਕਹਿਣ ਲੱਗੇ, ਪੁੱਤਰ ਵੀ ਜਿਹੜਾ ਇਹ ਸਿੱਖ ਹੈ ਨਾ, ਇਹਦੇ ਸਿਰ 'ਚ ਕਿਰਮ ਪੈ ਗਏ, ਮੈਂ ਵੇਖਿਆ। ਸੇਵਾ ਦੀ ਬਸ ਇਹ ਵੀ ਸੇਵਾ ਹੀ ਕਰਨੀ ਹੈ, ਸਰੀਰ ਦੀ ਕੋਈ ਪਰਵਾਹ ਨਹੀਂ, ਇਉਂ ਸੇਵਾ ਹੁੰਦੀ ਹੈ, ਸਿਰ ਦੀਜਾ ਆਪ ਗਵਾਏ। ਫਿਰ ਇਸੇ ਨੂੰ ਮਹਾਰਾਜ ਕਹਿੰਦੇ ਆ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਇਸ ਕਰਕੇ ਕਹਿੰਦੇ ਭਾਈ ਨਾਮੇ ਲੱਗੇ ਪਿਆਰ, ਫਿਰ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ ਜਦੋਂ ਕੋਈ ਸੇਵਾ ਕਰਦਾ ਹੈ। ਨਾਨਕ ਜਨਮ ਸਵਾਰਨ ਆਪਣਾ, ਕੁਲਕਾ ਕਰਨ ਉਧਾਰ। ਕਹਿੰਦੇ ਉਹ ਆਪਣਾ ਜਨਮ ਹੀ ਸਵਾਰ ਲੈਂਦੇ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗ ਹੈ ਪਾਸੇ ਹੋ ਜਾਂਦਾ, ਕੁਲਕਾ ਕਰਨ ਉਧਾਰ, ਉਹਦੀਆਂ ਕੁਲਾਂ ਵੀ ਤਰ ਜਾਂਦੀ ਹੈ। ਜਿਹੜੇ ਸਿਮਰਨ ਕਰਦੇ ਨਾ, ਉਹਨਾਂ ਦੀਆਂ ਕੁਲਾਂ ਵੀ ਤਰ ਜਾਂਦੀਆਂ ਨੇ, ਆਪ ਤਰੇ ਇੱਕ ਹੀ ਕੁਲ ਤਾਰਿਆ। ਗੁਰਬਾਣੀ ਜੀ ਲਿਖਿਆ ਵੀ ਉਹਦੀਆਂ ਇੱਕ ਹੀ ਕੁਲਾਂ ਤਰ ਜਾਂਦੀਆਂ ਨੇ, ਇਹ ਸਾਰੀਆਂ ਵਡਿਆਈਆਂ ਪਰਮੇਸ਼ਰ ਦੇ ਨਾਮ ਦੀਆਂ ਹਨ। ਜਿਹੜੇ ਸਿਮਰਨ ਕਰਦੇ ਨੇ ਤੂੰ ਆਪ ਤਰਦੇ ਆ, ਆਪ ਤਰੇ ਸਗਲੇ ਕੁਲ ਤਾਰਿਆ, ਸਾਰੀਆਂ ਕੁਲਾਂ ਨੂੰ ਵੀ ਤਾਰ ਕੇ ਲੈ ਜਾਂਦੇ ਆ। ਪੌੜੀ ਆਪੇ ਚਾਟ ਸਾਲ ਹੈ, ਆਪ ਹੈ ਆਪੇ ਚਾਟ ਸਾਲ। ਕਹਿੰਦੇ ਨੇ ਸਤਿਸੰਗ ਜੀ, ਸਕੂਲ ਕਹਿ ਲਓ, ਵਿਦਿਆ ਮੰਦਰ ਕਹਿ ਲਓ, ਅਤੇ ਇਸ ਤਰ੍ਹਾਂ ਜਿਹੜਾ ਹੈ ਪਾਠਸ਼ਾਲਾ ਕਹਿ ਲਓ, ਆਪ ਹੈ ਪਦ, ਆਪੇ ਚਾਟੜੇ ਪੜ੍ਹਨ ਕੋ ਆਏ। ਪਦ ਆ ਹੁੰਦਾ ਸਾਰ ਪੜ੍ਹਾਉਣ ਵਾਲਾ, ਟੀਚਰ, ਅਧਿਆਪਕ। ਚਾਟੜੇ ਕਹਿੰਦੇ ਨੇ ਵਿਦਿਆਰਥੀਆਂ ਨੂੰ, ਪੜ੍ਹਨ ਕੋ ਆਣੇ। ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ, ਤੂੰ ਆਪੇ ਜਿਹੜੀ ਸਤਸੰਗਤ ਹੈ ਇਹ ਤਾਂ ਸਕੂਲ ਹੈ। ਗੁਰਬਾਣੀ ਲਿਖਿਆ ਨੇ ਵੀ ਸਤਸੰਗਤ ਚਾਟ ਸਾਲ ਹੈ, ਜਿਹੜੀ ਸੰਗਤ ਹੈ ਇਹ ਸਕੂਲ ਹੈ ਇੱਕ। ਇੱਥੇ ਕੀ ਕਰਨ ਆਉਣੇ ਆਪਾਂ? ਜਿੱਤ ਬਹਿ ਹਰ ਗੁਣ ਸਿੱਖਾ, ਇੱਥੇ ਬਹਿ ਕੇ ਅਸੀਂ ਪਰਮਾਤਮਾ ਦੇ ਗੁਣ ਗਾਉਣੇ ਸਿੱਖਦੇ ਹਾਂ, ਕਿ ਅਸੀਂ ਇਹ ਸਿੱਖਿਆ ਲੈਂਦੇ ਹਾਂ ਵੀ ਪਰਮਾਤਮਾ ਦੇ ਗੁਣ ਗਾਉਣੇ ਅਸੀਂ ਨੇ ਹਰ ਵੇਲੇ। ਕਿਵੇਂ ਗਾਉਣੇ? ਨਿਮਰਤਾ ਧਾਰਨ ਕਰਕੇ, ਅਤੇ ਜਿਹੜੇ ਅਸੀਂ ਦਇਆ, ਧਰਮ, ਧੀਰਜ, ਬਚਾ, ਇਹ ਗੁਣਾਂ ਦੇ ਸਹਿਸ ਨੂੰ ਕਰਕੇ ਗਾਉਣੇ। ਮਰ ਕਹਿੰਦੇ ਆਪੇ ਤੂੰ ਜਿਹੜੀ ਸਤਸੰਗਤ ਹੈ ਇਹ ਚਾਟ ਸਾਲ ਹੈ, ਆਪ ਹੈ ਪਦ, ਤੂੰ ਆਪੇ ਹੀ ਗੁਰੂ ਰੂਪ ਹੋ ਕਰਕੇ, ਸਤਿਗੁਰੂ ਰੂਪ ਹੋ ਕਰਕੇ ਤੂੰ ਆਪੇ ਹੀ ਸਿੱਖਿਆ ਦੇਣ ਵਾਲਾ ਹੈ, ਪੜ੍ਹਾਉਣ ਵਾਲਾ ਹੈ, ਆਪੇ ਚਾਟੜੇ, ਆਪੇ ਤੂੰ ਪੜ੍ਹਨ ਵਾਲਾ ਹੈ, ਪੜ੍ਹਨ ਕੋ ਆਣੇ। ਅਤੇ ਇਸ ਕਰਕੇ ਆਪੇ ਤੂੰ ਭਾਵ ਹੈ, ਸਾਰਿਆਂ ਵਿੱਚ ਤੇਰੀ ਸੱਤਾ ਹੈ। ਵਾਹਿਗੁਰੂ ਪਰਮੇਸ਼ਰ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਤੂੰ ਆਪੇ ਹੀ ਜਿਹੜੀ ਤੇਰੀ ਸੱਤਾ ਹੈ, ਤੂੰ ਸਿੱਖ ਰੂਪ ਹੈ, ਆਪੇ ਹੀ ਤੂੰ ਈਸ਼ਵਰ ਰੂਪ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਦੇ ਹਨ, ਆਪੇ ਪਿਤਾ ਮਾਤਾ ਹੈ, ਆਪੇ ਆਪੇ ਬਾਲਕ ਕਰੇ ਸਿਆਣੇ, ਆਪੇ ਤੂੰ ਮਾਤਾ ਹੈ, ਆਪੇ ਪਿਤਾ ਹੈ, ਆਪੇ ਬਾਲਕ ਹੈ, ਆਪੇ ਸਿੱਖਿਆ ਦੇ ਕੇ ਸਿਆਣੇ ਕਰਨ ਵਾਲਾ ਹੈ। ਇੱਕ ਥੈ ਪੜ ਬੁੱਝੈ ਸਭ ਆਪੇ, ਇੱਕ ਥੈ ਆਪੇ ਕਰੇ ਆਣੇ। ਇੱਕ ਤਾਂ ਕਹਿੰਦੇ ਇਹ ਸਤਿਗੁਰੂ ਜੀ ਕਿਰਪਾ ਕਰਨ, ਕਹਿੰਦੇ ਪੜ ਜਾਂਦੇ ਹੈ। ਇੱਕ ਤਾਂ ਦੁਨਿਆਵੀ ਪੜ੍ਹਾਈ ਹੈ ਨਾ, ਜਿਹੜੀ ਦੁਨਿਆਵੀ ਪੜ੍ਹਾਈ ਆਪਾਂ ਕਰਦੇ ਹਾਂ, ਕਰਨੀ ਪੈਂਦੀ ਹੈ, ਠੀਕ ਹੈ ਕਰੋ, ਕੋਈ ਡਿਪਲੋਮਾ ਡਿਗਰੀ ਕਰ ਲਈ, ਕੋਈ ਵਿਦਿਆ ਪੜ੍ਹ ਲਈ, ਕਈਆਂ ਨੂੰ ਮਾਣ ਹੋ ਜਾਂਦਾ ਵੀ ਮੈਂ ਬੜਾ ਪੜ੍ਹਿਆ ਹੋਇਆ, ਪਰ ਸਤਿਗੁਰੂ ਮਹਾਰਾਜ ਕਿੰਨੀ ਮਰਜ਼ੀ ਵਿਦਿਆ ਪੜ੍ਹ ਲਈ, ਮਹਾਰਾਜ ਕਹਿੰਦੇ ਬਹੁਤ ਸਿਆਣਪ ਜਮਕਾ ਭੋ ਬਿਆਪੈ, ਤੇ ਉਹਨੂੰ ਜਮਾਂ ਦੇ ਤੂੰ ਮਾਰ ਤੋਂ ਨਹੀਂ ਬਚੇਗਾ, ਕਿੰਨਾ ਮਰਜ਼ੀ ਸਿਆਣਾ ਹੋ ਜਾਈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਪੜ੍ਹਨਾ ਕੀ ਹੈ, ਇੱਕ ਥੈ। ਬਾਬਾ ਫਰੀਦ ਜੀ ਜਦੋਂ ਪੜ੍ਹਨ ਵਾਸਤੇ ਭੇਜਿਆ ਸੀ ਨਾ, ਕਹਿੰਦੇ ਪਹਿਲਾਂ ਕਿਹਾ ਅਲਫ, ਕਹਿੰਦੇ ਅਰਥ ਕੀ ਹੈ, ਇੱਕ ਬਸ, ਕਹਿੰਦੇ ਅੱਗੇ ਨਹੀਂ ਪੜ੍ਹਨਾ। ਗੁਰੂ ਸਾਹਿਬ ਨਾਲ ਵੀ ਇਹੀ ਗੱਲ ਹੋਈ ਸੀ ਨਾ, ਜੋ ਭੇਜਿਆ ਸੀ ਪੜ੍ਹਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੂੰ ਪਾਂਧੇ ਦੇ ਕੋਲ, ਅਤੇ ਮਹਾਰਾਜ ਕਹਿੰਦੇ
ਬਸ ਇਦੋਂ ਅੱਗੇ ਨਹੀਂ ਪੜ੍ਹਨਾ। ਪਰ ਇਹਦਾ ਅਰਥ ਜੀ ਅਰਥ ਕੀ ਹੈ, ਇੱਕ ਕੌਣ ਹੁੰਦਾ? ਇੱਕ ਤਾਂ ਪੜ੍ਹ ਬੁੱਝ ਜਾਏ, ਕਹਿੰਦੇ ਪੜ੍ਹਿਆ ਵੀ ਉਹੀ ਸਫਲ ਹੈ ਜੇ ਇੱਕ ਦੇ ਨਾਲ ਜੁੜ ਜਾਈਏ। ਪੜ੍ਹਨਾ ਜ਼ਰੂਰ ਹੈ, ਕਿਵੇਂ ਗੁਰਪ੍ਰਸਾਦੀ ਵਿੱਦਿਆ ਪੜ੍ਹੇ, ਪੜ੍ਹ ਪੜ੍ਹ ਪਾਵਹਿ ਮਾਨ, ਕਹਿੰਦੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ। ਵਿੱਦਿਆ ਪੜ੍ਹ ਕੇ ਕੀ ਕਰਨਾ? ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਨਿਵਨ ਸੋ ਅੱਖਰ ਖਵਣ ਗੁਣ, ਜੇ ਬਾ ਮਣੀਆਂ ਮੰਤ, ਇਹ ਤਰਪੈਣੇ ਵੇਸ ਕਰ ਤਾਂ ਬਸ ਬਸ ਆ ਗਈ ਕੰਤ। ਕਹਿੰਦੇ ਨਿਵਣ ਸੋ ਅੱਖਰ, ਅੱਖਰ ਕੀ ਪੜ੍ਹਨੇ? ਨਿਮਰਤਾ ਧਾਰਨ ਕਰਨੀ ਹੈ, ਇਹ ਪੜ੍ਹਨਾ ਹੈ, ਨਿਮਰਤਾ ਧਾਰਨ ਕਰਨੀ। ਖਵਣ ਗੁਣ, ਗੁਣ ਕੀ ਲੈਣਾ? ਕਹਿੰਦੇ ਸਹਿਣ ਸ਼ਕਤੀ। ਕਿਸੇ ਨੇ ਕੌੜਾ ਵਚਨ ਕਰ ਜਦੋਂ ਸਹਾਰ ਲੈਣਾ, ਬਿਨਾਂ ਵਿਚਾਰ ਤੋਂ ਸਾਧ ਸੰਗ ਜੀ ਇਸ ਤਰ੍ਹਾਂ ਮਨ ਨਹੀਂ ਹੁੰਦਾ। ਵਿਚਾਰ ਕੇ ਵੇਖਾਂਗੇ ਤੇ ਬੋਲਦਾ ਕੌਣ ਹੈ? ਤੇ ਮਹਾਰਾਜ ਕਹਿੰਦੇ ਬੋਲੇ ਪਵਨਾ ਗਗਨਾ ਗਰਜਿਆ, ਪੌਣੇ ਬੋਲ ਰਹੀ ਹੈ ਸਾਰਿਆਂ ਦੇ ਸਾਡੇ ਵਿੱਚ, ਜਿਹੜੀ ਪੌਣ ਹੈ ਹਵਾ ਹੀ ਬੋਲ ਰਹੀ ਹੈ, ਦ੍ਰਿਸ਼ਟੀ ਉੱਥੇ ਲੈ ਜਾਣੀ ਹੈ। ਇਉਂ ਵਿਚਾਰ ਹੁੰਦਾ, ਇਉਂ ਅਸੀਂ ਕ੍ਰੋਧ ਤੋਂ ਬਚ ਸਕਦੇ ਹਾਂ ਵੀ ਜਿਹੜੇ ਤੱਤ ਨੇ ਇਹ ਤੱਤਾਂ ਦਾ ਸੰਯੋਗ ਮਿਲਿਆ ਹੈ, ਇਹ ਸੰਯੋਗ ਕਰਕੇ ਪਾਂਚ ਤੱਤ ਭਲਮੇ ਉਹ ਸੰਯੋਗਾਂ, ਇਹ ਸੰਯੋਗਾਂ ਦੇ ਕਰਕੇ ਅਸੀਂ ਅੱਗ ਹਵਾ ਆਕਾਸ਼ ਆਦਿ ਮਿਲ ਕੇ ਅਸੀਂ ਸਾਰਾ ਕੁਝ ਕਰ ਰਹੇ ਹਾਂ, ਬੋਲਦੇ ਵੀ ਤਾਂ ਹੀ ਹਾਂ ਤੱਤਾਂ ਦੇ ਕਰਕੇ, ਜਿਹੜੇ ਤੱਤਾਂ ਦੇ ਕਰਕੇ ਅਸੀਂ ਬੋਲ ਰਹੇ ਹਾਂ। ਇਸ ਕਰਕੇ ਜਿਹੜਾ ਹਵਾ ਦਾ ਬਾਜਾ ਪਵਨ ਵਜਾਇਆ ਵੱਜ ਰਿਹਾ, ਉੱਥੇ ਦ੍ਰਿਸ਼ਟੀ ਲੈ ਜਾਣੀ ਹੈ ਵੀ ਉਹ ਆਪੇ ਹੀ ਇਸ ਕਰਕੇ ਜਿਹੜਾ ਹੈ ਪਰਮਾਤਮਾ ਦੇ ਹੁਕਮ ਵਿੱਚ ਜੀ ਬੋਲਦਾ ਹੈ, ਉਹਦੇ ਕੋਲ ਉਹ ਤਮੋ ਗੁਣੀ ਬਿਰਤੀ ਕਰਕੇ ਕੀ ਅਸੀਂ ਕ੍ਰੋਧੀ ਹੋ ਜਾਂਦੇ ਹਾਂ। ਸੋ ਕਹਿਣ ਤੋਂ ਭਾਵ ਤੇ ਇੱਕ ਥੈ ਪੜ ਬੁੱਝਿਆ ਸਭ ਆਪੇ, ਇੱਕ ਥੈ ਆਪੇ ਕਰੇ ਸਿਆਣੇ, ਭਾਵ ਖਵਣ ਗੁਣ ਸਹਾਰ ਸਹਿਣ ਸ਼ਕਤੀ। ਇਸ ਕਰਕੇ ਤੇ ਜੇ ਬਾ ਮਣੀਆ ਮੰਤਰ, ਕਿਹਦੇ ਮੰਤਰ ਹੈ ਭਾਈ ਮਿੱਠਾ ਬੋਲਣਾ, ਇਹਦੇ ਨਾਲ ਹੌਲੀ ਹੌਲੀ ਸਾਰ ਕੋਈ ਕਿੰਨਾ ਮਰਜ਼ੀ ਬੰਦਾ ਕਰਖਤ ਹੋਵੇ ਉਹ ਵੀ ਬਸ ਵਿੱਚ ਆ ਜਾਂਦਾ ਹੈ। ਆਪੇ ਤਾਂ ਕਰੇ ਸਿਆਣੇ ਆਣੇ, ਇੱਕ ਤਾਂ ਕਹਿੰਦੇ ਇਸ ਤਰ੍ਹਾਂ ਇਹ ਸਤਿਗੁਰੂ ਜੀ ਕੋਲ ਸਿੱਖਿਆ ਲੈ ਕਰਕੇ ਪੜ੍ਹ ਕੇ ਇੱਕ ਨਾਲ ਜੁੜ ਜਾਂਦੇ ਹੈ, ਇੱਕ ਆਪੇ ਕਰੇ ਆਣੇ, ਕਹਿੰਦੇ ਅਣਜਾਣ ਹੋ ਜਾਂਦੇ ਹੈ। ਜਿਹੜੇ ਕੁਛ ਸੰਗਤ ਕਰਦੇ ਹੈ ਕਹਿੰਦੇ ਉਹ ਪਰਮੇਸ਼ਰ ਵੱਲੋਂ ਅਣਜਾਣ ਹੋ ਜਾਂਦੇ ਹਨ। ਇੱਕ ਨਾ ਅੰਦਰ ਮਹਿਲ ਬਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ, ਜਿਹੜੇ ਉਹਨੂੰ ਭਾਣੇ ਕੇ ਭਾ ਜਾਂਦੇ ਆ ਸੱਚੇ ਵਾਹਿਗੁਰੂ ਨੂੰ, ਉਹ ਆਪਣੇ ਮਹਿਲ ਸਰੂਪ ਰੂਪੀ ਮਹਿਲ ਵਿੱਚ ਬੁਲਾ ਲੈਂਦਾ ਹੈ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇਜਨ ਸੱਚੀ ਦਰਗਹਿ ਜਾਣੇ, ਜਿਨ੍ਹਾਂ ਆਪੇ ਉਹ ਪੂਰਾ ਗੁਰੂ ਮੁਖੀ ਗੁਰੂ ਵਡਿਆਈ ਦੇ ਦੇਵੇ ਨਾ, ਸੇਜਨ ਸੱਚੀ ਦਰਗਹਿ ਜਾਣੇ, ਉਹ ਸੱਚੀ ਦਰਗਾਹ ਵਿੱਚ ਜਾਣੇ ਜਾਂਦੇ। ਜਿਨ ਵਡਿਆਈ ਤੇਰੇ ਨਾਮ ਕੀ ਤੀਰਤੇ ਮਨ ਮਾਹੇ, ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲ ਗਈ ਕਹਿੰਦੇ ਉਹ ਨਾਮ ਵਿੱਚ ਰਤ ਜਾਂਦੇ। ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹ, ਗੁਰ ਪਾਈ ਪਾਈਐ ਗੁਰ ਪ੍ਰਸਾਦ, ਤਿਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦਿ, ਇਹ ਵਡਿਆਈ ਮਿਲਦੀ ਹੈ। ਜਿਨ ਵਡਿਆਈ ਤੇਰੇ ਨਾਮ ਕੀ ਤੇਰਤੇ ਮਨ ਮਾਹੇ, ਇਹ ਵਡਿਆਈ ਵੀ ਆਪੇ ਦੇਣ ਵਾਲਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਹ ਭਾਵ ਨੂੰ ਲੈ ਕਰਕੇ ਹੀ ਸਿੱਖ ਨੇ ਬੇਨਤੀ ਕਰਨੀ ਹੈ। ਸੋ ਸਮਾਂ ਸਮਾਪਤ ਹੈ, ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਸਤਿਗੁਰੂ ਜੀ ਰਹਿਮਤ ਕਰਨ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਇੱਥੇ ਹੀ ਸਮਾਪਤੀ ਹੈ। ਇੱਕ ਨਾ ਅੰਦਰ ਮਹਿਲ ਬਲਾਏ ਜਾਂ ਆਪ ਤੇਰੇ ਮਨ ਸੱਚੇ ਪਾਣੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇਜਨ ਸੱਚੀ ਦਰਗਹਿ ਜਾਣੇ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾ ਸਵਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ। ਆਏ ਪ੍ਰਭ ਸਰਨਾਗ ਜੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ, ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।